ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀ ਏਤੇ ਔਗਨ ਮੋ ਤਨ ਮਾਹੀ ਰਾਖ ਲਿਹੋ ਪ੍ਰਭ ਸਰਨ ਗਹੀ ਅਨਕ ਜਨਮ ਕੇ ਬਿਛੁਰੇ ਮਿਲਹੋ ਪਾਵਨ ਪਤਿਤ ਤਵ ਬਿਰਦ ਕਹੀ ਉਤਪਤ ਪਰਲੈ ਚੋਜ ਸਭ ਤੁਮਰੇ ਤੁਮ ਬਿਨ ਦੂਜਾ ਅਵਰ ਨਹੀਂ ਮੋਹਿ ਅਨਾਥ ਕੇ ਦਾਤੇ ਸੁਆਮੀ ਰਾਖ ਲਿਹੋ ਬਡ ਪੁੰਨ ਅਹੀ ਮੋਹਿ ਅਨਾਥ ਕੇ ਦਾਤੇ ਸੁਆਮੀ ਰਾਖ ਲਿਹੋ ਬਡ ਪੁੰਨ ਅਹੀ ਮਨ ਲੋਚੈ ਹਰ ਮਿਲਨ ਕੋ ਕਿਉ ਦਰਸਨ ਪਾਇਆ ਮੈਂ ਲਖ ਵਿੜਤੇ ਸਾਹਿਬਾ ਜੇ ਬਿੰਦ ਬੁਲਾਇਆ ਮੈਂ ਚਾਰੇ ਕੁੰਡਾਂ ਭਾਲੀਆਂ ਤੁਧ ਜੇ ਵਡ ਨਾ ਸਾਈਆਂ ਮੈਂ ਦਸਹੋ ਮਾਰਗ ਸੰਤ ਹੋ ਕਿਉਂ ਪ੍ਰਭੂ ਮਿਲਾਇਆ ਸਗਲ ਦੁਆਰ ਕਉ ਛਾਡ ਕੈ ਗਹਿਓ ਤੁਹਾਰੋ ਦੁਆਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਰਾਜਾਨ ਰਾਜ ਸਤਿਗੁਰੂ ਪਾਨਾਨ ਪਾਨ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਆਪ ਸਭ ਸੰਗਤਾਂ ਸਤਿਗੁਰੂ ਜੀ ਦੀ ਬਖਸ਼ਿਸ਼ ਦੇ ਪਾਤਰ ਬਣ ਰਹੇ ਹੋ। ਸਤਿਗੁਰੂ ਜੀ ਦੀ ਪਾਵਨ ਗੋਦ ਦੇ ਅੰਦਰ ਜਿੱਥੇ ਆਪ ਜੀ ਨੇ ਭਾਈ ਸਹਿਜਪ੍ਰੀਤ ਸਿੰਘ ਹੋਣਾ ਦੇ ਜਥੇ ਪਾਸੋਂ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਸਰਵਣ ਕੀਤਾ ਹੈ ਖਾਲਸਾ ਜੀ, ਸਤਿਗੁਰੂ ਨੇ ਰਹਿਮਤ ਤਰਸ ਕਰਕੇ ਸਾਡੀ ਝੋਲੀ ਵਿੱਚ ਘੜੀਆਂ ਪਾਈਆਂ ਹਨ ਤਾਂ ਜੋ ਆਪਾਂ ਸਾਰੇ ਗੁਰ ਸ਼ਬਦ ਦੀ ਵਿਚਾਰ ਵਿੱਚ ਜੁੜ ਕਰਕੇ ਆਪਣੇ ਜੀਵਨ ਦੇ ਵਿੱਚ ਬੰਦਗੀ ਦੀ ਚਿਣਗ ਲਿਆ ਸਕੀਏ, ਬੰਦਗੀ ਦੀ ਇਬਾਦਤ ਦੀ ਕ੍ਰਾਂਤੀ ਲਿਆ ਸਕੀਏ। ਆਓ ਇਸ ਸਮੇਂ ਨੂੰ ਸਫਲਾ ਬਣਾਈਏ। ਪਰ ਮੇਰੀ ਬੇਨਤੀ ਹੈ ਕਿ ਜਿਸ ਤਰ੍ਹਾਂ ਭਾਈ ਸਹਿਜਪ੍ਰੀਤ ਸਿੰਘ ਹੋਣਾ ਨੇ ਪੜ੍ਹਿਆ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨਵਨਿਤ ਆਵੈ ਧਾਏ ਸਭ ਥਾਈ ਹੋਏ ਸਹਾਏ। ਇੰਨੀ ਕੇ ਭਾਵਨਾ ਦੇ ਨਾਲ ਆਪਾਂ ਗੁਰੂ ਦਰਬਾਰ ਦੇ ਵਿੱਚ ਸਜੀਏ,
ਕਿ ਭਾਵੇਂ ਇਹਨਾਂ ਬਾਹਰਲੇ ਨੇਤਰਾਂ ਦੇ ਨਾਲ, ਬਾਹਰਲੀ ਅੱਖਾਂ ਦੇ ਨਾਲ, ਥੜੇ ਦੇ ਉੱਪਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਹੋ ਰਹੇ ਨੇ, ਪਰ ਹੁਣ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਫਤਿਹ ਬੁਲਾਉਣੀ ਹੈ, ਅੱਖਾਂ ਬੰਦ ਕਰਕੇ ਦੋਵੇਂ ਹੱਥ ਜੋੜ ਕੇ ਇਸ ਭਾਵਨਾ ਦੇ ਨਾਲ ਫਤਿਹ ਬੁਲਾਈਏ ਕਿ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਵੀ ਦੀਦਾਰੇ ਹੋਣ। ਕਿਉਂਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦੀਦਾਰੇ ਕਿਤਿਆਂ ਦੁੱਖ ਜ਼ਰੂਰ ਦੂਰ ਹੁੰਦੇ ਨੇ, ਪਰ ਦੀਦਾਰੇ ਕਰਨ ਦੀ ਜਾਚ ਆਉਣੀ ਚਾਹੀਦੀ ਹੈ। ਆਓ ਜੀ, ਬੜੇ ਹੀ ਪ੍ਰੇਮ ਸਤਿਕਾਰ ਸਹਿਤ ਸਾਹਿਬਾਂ ਨੂੰ ਸੀਸ ਝੁਕਾਉਂਦੇ ਹੋਏ ਦੋਨੋਂ ਹੱਥ ਜੋੜ ਕੇ ਉਚਾਰਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਸਾਰ ਦੇ ਤਖਤੇ ਦੇ ਉੱਪਰ ਖਾਲਸਾ ਜੀ, ਜਦੋਂ ਦੀ ਸੰਸਾਰ ਦੀ ਰਚਨਾ ਹੋਈ ਹੈ, ਬ੍ਰਹਿਮੰਡ ਦੀ ਰਚਨਾ ਹੋਈ ਹੈ, ਇਨਸਾਨੀ ਜੀਵਨ ਦੀ ਕਦਰ ਪਛਾਣਨ ਵਾਸਤੇ, ਸਮੇਂ ਦੀ ਕਦਰ ਨੂੰ ਪਹਿਚਾਨਣ ਵਾਸਤੇ, ਇਨਸਾਨ ਦੇ ਜੀਵਨ ਨੂੰ ਇੱਕ ਮਰਿਆਦਾ ਵਿੱਚ ਲਿਆਉਣ ਵਾਸਤੇ ਵੱਖ ਵੱਖ ਧਰਮਾਂ ਦੀ ਵੱਖ ਵੱਖ ਮਰਿਆਦਾ ਬਣੀਆਂ। ਹਰ ਇੱਕ ਧਰਮ ਨੇ ਆਪੋ ਆਪਣਾ ਉਪਦੇਸ਼ ਦਿੱਤਾ। ਸੰਸਾਰ ਦੇ ਤਖਤੇ ਦੇ ਉੱਪਰ ਪ੍ਰਾਚੀਨ ਕਾਲ ਤੋਂ ਹਰ ਇੱਕ ਇਨਸਾਨ ਧਰਮ ਨੂੰ ਅਪਣਾਉਂਦਾ ਹੈ, ਧਰਮ ਦੇ ਕੰਮ ਕਰਦਾ ਹੈ। ਸਮਾਂ ਆਇਆ ਇਸ ਸੰਸਾਰ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਅਵਤਾਰ ਧਾਰਿਆ, ਔਰ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਅਕਾਲ ਪੁਰਖ ਵਾਹਿਗੁਰੂ ਦੀ ਨਿਰਾਲੀ ਭਗਤੀ ਦੇ ਨਾਲ ਜੋੜਿਆ। ਕਿਉਂਕਿ ਮਨ ਵਿੱਚ ਭੁਲੇਖਾ ਸੀ ਕਿ ਭਗਤੀ ਕੇਵਲ ਉਹ ਕਰ ਸਕਦਾ ਜਿਹਨੇ ਘਰ ਦਾ ਤਿਆਗ ਕੀਤਾ ਹੈ, ਭਗਤੀ ਕੇਵਲ ਉਹ ਕਰ ਸਕਦਾ ਜਿਹੜਾ ਸਾਰਾ ਕੁਝ ਤਿਆਗ ਕਰਕੇ, ਘਰ ਛੱਡ ਕੇ, ਕੰਮ ਕਰ ਛੱਡ ਕੇ ਪਹਾੜਾਂ ਵਿੱਚ ਜਾ ਕੇ ਬੈਠ ਚੁੱਕਿਆ। ਰੱਬ ਕੇਵਲ ਉਹਨੂੰ ਮਿਲੇਗਾ, ਗ੍ਰਿਸ਼ਤੀ ਨੂੰ ਰੱਬ ਨਹੀਂ ਮਿਲ ਸਕਦਾ। ਪਰ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਰਸਤਾ ਬੜਾ ਸੁਖੈਲਾ ਦੇ ਦਿੱਤਾ, ਨਾਮ ਜਪੋ, ਵੰਡ ਛਕੋ ਤੇ ਕਿਰਤ ਕਰੋ ਦਾ ਹੋਕਾ ਦੇ ਦਿੱਤਾ। ਗੁਰੂ ਕਾ ਸਿੱਖ ਘਰ ਦੇ ਵਿੱਚ ਅੰਮ੍ਰਿਤ ਵੇਲੇ ਬੈਠ ਕਰਕੇ ਇਬਾਦਤ ਕਰੇ, ਸਿਮਰਨ ਕਰੇ, ਜਿੱਥੇ ਨਿਤਨੇਮ ਕਰਦਾ, ਨਿਤਨੇਮ ਤੋਂ ਇਲਾਹਦਾ ਵੀ ਅਕਾਲ ਪੁਰਖ ਵਾਹਿਗੁਰੂ ਦੀ ਸਿਮਰਨ ਵਿੱਚ ਖੁੱਭ ਜਾਵੇ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਅੰਮ੍ਰਿਤ ਵੇਲਾ ਦਿੱਤਾ ਤੇ ਮੈਂ ਬੇਨਤੀ ਕਰਾਂ ਕਿ ਵੇਖੋ, ਅੰਮ੍ਰਿਤ ਵੇਲੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਐਸੀ ਬਖਸ਼ਿਸ਼, ਐਸੀ ਰਹਿਮਤ ਕੀਤੀ ਹੈ ਕਿ ਦੁਨੀਆਂ ਦੇ ਵਿੱਚ ਸੰਸਾਰ ਦੇ ਤਖਤੇ ਦੇ ਉੱਪਰ ਅੰਮ੍ਰਿਤ ਵੇਲੇ ਨੂੰ ਹਰ ਇੱਕ ਧਰਮ ਨੇ ਬਹੁਤ ਮਹਾਨਤਾ ਦਿੱਤੀ ਹੈ। ਭਾਵੇਂ ਕਿ ਕਿਸੇ ਨੇ ਬ੍ਰਹਮ ਮੂਰਤ ਕਿਹਾ, ਕਿਸੇ ਨੇ ਪ੍ਰਭਾਤ ਵੇਲਾ ਕਿਹਾ, ਕਿਸੇ ਨੇ ਪੋਹ ਫੁਟਾਲੇ ਕਿਹਾ, ਭਗਤ ਫਰੀਦ ਜੀ ਨੇ ਅੰਮ੍ਰਿਤ ਵੇਲੇ ਨੂੰ ਪਿਛਲੀ ਰਾਤ ਵੀ ਕਿਹਾ, ਪਰ ਤੁਸੀਂ ਇਤਿਹਾਸਕ ਗ੍ਰੰਥ ਜਦ ਪੜ੍ਹੋਗੇ ਤੇ ਕਦੇ ਵੀ ਅੰਮ੍ਰਿਤ ਵੇਲਾ ਸ਼ਬਦ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਬਿਨਾਂ ਕਿਤੇ ਹੋਰ ਕਿਸੇ ਗ੍ਰੰਥ ਵਿੱਚ ਨਜ਼ਰ ਨਹੀਂ ਆਉਂਦਾ। ਸਮਾਂ ਉਹੀ ਸੀ, ਹਰ ਇੱਕ ਧਰਮ ਦੇ ਵਿੱਚ ਇਸ ਸਮੇਂ ਦਾ ਹੋਕਾ ਦਿੱਤਾ ਜਾਂਦਾ ਸੀ, ਪਰ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਪ੍ਰਭਾਤ ਵੇਲੇ ਨੂੰ, ਪੋਹ ਫੁਟਾਲੇ ਨੂੰ, ਇਸ ਪਿਛਲੀ ਰਾਤ ਦੇ ਸਮੇਂ ਨੂੰ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਅੰਮ੍ਰਿਤ ਦਾ ਵੇਲਾ ਬਣਾ ਦਿੱਤਾ।
ਅੰਮ੍ਰਿਤ ਦਾ ਵੇਲਾ ਉਦੋਂ ਬਣਦਾ ਜਦੋਂ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਜਦੋਂ ਕੋਈ ਸੁਰਤ ਦੁਆਰਾ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਨਾਮ ਅਭਿਆਸ ਕਰਦਾ, ਉਹ ਵੇਲਾ ਅੰਮ੍ਰਿਤ ਵੇਲਾ ਹੋ ਜਾਂਦਾ। ਰਾਵੀ ਦਰਿਆ ਦੇ ਕਿਨਾਰੇ ਦੇ ਉੱਪਰ ਨਾ, ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਬੜੀਆਂ ਬਖਸ਼ਿਸ਼ਾਂ ਰਹਿਮਤਾਂ ਕੀਤੀਆਂ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਤਪ ਕੀਤਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਕਿ ਰੇਤ ਅੱਕ ਆਹਾਰ ਕਰ ਰੋੜਾਂ ਦੀ ਗੁਰ ਕਰੀ ਵਛਾਈ, ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰ ਸਿਉਂ ਬਣ ਆਈ। ਕਹਿੰਦੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਰਾਵੀ ਦਰਿਆ ਦੇ ਕਿਨਾਰੇ ਦੇ ਉੱਤੇ ਰੇਤ ਅੱਕ ਆਹਾਰ ਕਰ, ਕਹਿੰਦੇ ਕੇਵਲ ਤੇ ਕੇਵਲ ਇਸ ਮਾਤਰ ਪ੍ਰਸ਼ਾਦਾ ਛਕਣਾ, ਜਿਸ ਤਰ੍ਹਾਂ ਰੇਤ ਤੇ ਅੱਕ ਦਾ ਕੋਈ ਆਹਾਰ ਬਣਾ ਲੈਂਦਾ, ਰੇਤ ਤੇ ਅੱਕ ਦਾ ਕੋਈ ਪ੍ਰਸ਼ਾਦਾ ਭੋਜਨ ਬਣਾ ਲੈਂਦਾ। ਭਾਵ ਜਦ ਅਸੀਂ ਆਪਣੇ ਧਨ ਦੀ ਪੂਰਤੀ ਦੇ ਲਈ ਕੋਈ ਭੋਜਨ ਛਕਦੇ ਹਾਂ, ਬੜੇ ਸੰਸਾਰਕ ਸਵਾਦ ਅਨੁਸਾਰ ਛਕਦੇ ਹਾਂ, ਪਰ ਕਹਿੰਦੇ ਰੱਬ ਦੇ ਪਿਆਰੇ ਪਰਮਾਤਮਾ ਦੇ ਪਿਆਰੇ ਪ੍ਰਸ਼ਾਦਾ ਛਕਦੇ ਨੇ ਕੇਵਲ ਤੇ ਕੇਵਲ ਇੱਕ ਤਨ ਦੀ ਕਿਰਿਆ ਨੂੰ ਪੂਰਾ ਕਰਨ ਦੇ ਲਈ, ਨਾ ਕਿ ਸੰਸਾਰ ਦੇ ਰਸਾਂ ਦੇ ਵਿੱਚ ਉਲਝਣ ਵਾਸਤੇ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉੱਥੇ ਰੇਤ ਅੱਕ ਆਹਾਰ ਕਰ ਰੋੜਾਂ ਦੀ ਗੁਰ ਕਰੀ ਵਛਾਈ, ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰ ਸਿਉਂ ਬਣ ਆਈ। ਰਾਵੀ ਦਰਿਆ ਦੇ ਕਿਨਾਰੇ ਦੇ ਉੱਤੇ ਗੁਰੂ ਨਾਨਕ ਸਾਹਿਬ ਨੇ ਸਤਨਾਮ ਵਾਹਿਗੁਰੂ ਦਾ ਅਭਿਆਸ ਕੀਤਾ, ਜਪਜੀ ਸਾਹਿਬ ਦਾ ਅਭਿਆਸ ਕੀਤਾ। ਤੇ ਭਾਈ ਸਾਹਿਬ ਭਾਈ ਮਰਦਾਨਾ ਜੀ ਪੁੱਛਦੇ ਨੇ ਕਿ ਬਾਬਾ ਤੂੰ ਆਪ ਖੁਦਾ ਹੈ, ਤੂੰ ਆਪ ਰੱਬ ਹੈ, ਤੂੰ ਆਪ ਅਕਾਲ ਪੁਰਖ ਵਾਹਿਗੁਰੂ ਹੈ, ਨਿਰੰਕਾਰ ਦਾ ਰੂਪ ਹੈ, ਤੁਸਾਂ ਨੂੰ ਇਤਨੀ ਭਾਰੀ ਤਪੱਸਿਆ ਕਰਨ ਦੀ ਲੋੜ ਕੀ ਪੈ ਗਈ? ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਮੁਸਕਰਾ ਕੇ ਕਹਿਣ ਲੱਗੇ, ਮਰਦਾਨਿਆ ਅੱਜ ਇਸ ਰਾਵੀ ਦਰਿਆ ਦੇ ਕਿਨਾਰੇ ਦੇ ਉੱਤੇ ਬੈਠ ਕੇ ਜਪਜੀ ਸਾਹਿਬ ਦਾ ਅਭਿਆਸ ਕਰਨ ਦਾ, ਵਾਹਿਗੁਰੂ ਗੁਰਮੰਤਰ ਦਾ, ਸਤਨਾਮ ਦਾ ਅਭਿਆਸ ਕਰਨ ਦਾ ਕਾਰਨ ਕੇਵਲ ਇੱਕੋ ਹੈ ਕਿ ਅੱਜ ਤੋਂ ਬਾਅਦ ਆਉਣ ਵਾਲੇ ਸਮੇਂ ਵਿੱਚ ਜਿਹੜਾ ਵੀ ਗੁਰੂ ਕਾ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਜਪਜੀ ਸਾਹਿਬ ਦਾ ਪਾਠ ਕਰੇਗਾ, ਮੈਂ ਉਸ ਤੋਂ ਵੱਖ ਨਹੀਂ ਹੋਵਾਂਗਾ, ਉਹਦੇ ਕੋਲ ਬੈਠ ਕੇ ਉਹਦਾ ਜਪਜੀ ਸਾਹਿਬ ਦਾ ਪਾਠ ਸੁਣਿਆ ਕਰਾਂਗਾ। ਜਿਹੜਾ ਵੀ ਗੁਰੂ ਕਾ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਸਿਮਰਨ ਕਰੇਗਾ, ਵਾਹਿਗੁਰੂ ਗੁਰਮੰਤਰ ਦੇ ਸਰੋਵਰ ਵਿੱਚ ਚੁੱਭੀਆਂ ਲਾਵੇਗਾ, ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਉਸ ਤੋਂ ਵੱਖ ਨਹੀਂ ਹੋਵਾਂਗਾ, ਬਲਕਿ ਉਹਦੇ ਕੋਲ ਬੈਠ ਕਰਕੇ ਉਹਦਾ ਸਿਮਰਨ, ਉਹਦੀ ਪੜ੍ਹੀ ਹੋਈ ਬਾਣੀ ਜ਼ਰੂਰ ਸੁਣਾਂਗਾ। ਮੈਂ ਬੇਨਤੀ ਕਰਾਂ ਖਾਲਸਾ ਜੀ, ਭਾਈ ਸਾਹਿਬ ਭਾਈ ਵੀਰ ਸਿੰਘ ਜੀ ਇੱਕ ਬਚਨ ਅਕਸਰ ਕਰਿਆ ਕਰਦੇ ਸਨ ਕਿ ਗੁਰੂ ਕਿਆ ਸਿੱਖਾ, ਜਿਸ ਵਕਤ ਤੂੰ ਅੰਮ੍ਰਿਤ ਵੇਲੇ ਨਿਤਨੇਮ ਦੀ ਪੋਥੀ ਹੱਥ ਵਿੱਚ ਪਕੜੇ, ਜਪਜੀ ਸਾਹਿਬ ਦਾ, ਜਾਪ ਸਾਹਿਬ ਦਾ ਤੋ ਪ੍ਰਸਾਦ ਸਵਈਏ, ਕਬਿਓ ਬਾਚ ਬੇਨਤੀ ਚੌਪਈ ਸਾਹਿਬ ਆਨੰਦ ਸਾਹਿਬ ਦਾ ਪਾਠ ਕਰੇ, ਸੁਖਮਨੀ ਸਾਹਿਬ ਦਾ ਪਾਠ ਕਰੇ, ਇਹ ਨਾ ਸਮਝੀ ਕਿ ਉਸ ਵਕਤ ਤੂੰ ਕੱਲਾ ਹੀ ਬਾਣੀ ਪੜ੍ਹ ਰਿਹਾ। ਭਾਈ ਵੀਰ ਸਿੰਘ ਨੇ ਕਹਿਣਾ ਜਿਸ ਵਕਤ ਗੁਰੂ ਕਾ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਹੱਥ ਵਿੱਚ ਨਿਤਨੇਮ ਦਾ ਗੁਟਕਾ ਪਕੜ ਲੈਂਦਾ, ਗੁਰੂ ਨਾਨਕ ਸਾਹਿਬ ਉਸੇ ਵੇਲੇ ਹਾਜ਼ਰ ਨਾਜ਼ਰ ਹੋ ਜਾਂਦੇ ਨੇ। ਭਾਈ ਸਾਹਿਬ ਨੇ ਕਹਿਣਾ ਇਸ ਤਰ੍ਹਾਂ ਭਾਵਨਾ ਬਣਾ ਕਰਕੇ ਜਿਹੜਾ ਵੀ ਸਿੱਖ ਅੰਮ੍ਰਿਤ ਵੇਲੇ
ਗੁਰਮੰਤਰ ਦੇ ਵਿੱਚ ਚੁੱਭੀਆਂ ਲਾਉਂਦਾ ਉਹਦੇ ਤੇ ਰਹਿਮਤ ਗੁਰੂ ਨਾਨਕ ਸਾਹਿਬ ਦੇ ਘਰ ਦੀ ਜ਼ਰੂਰ ਵਰਤਦੀ ਹੈ। ਪਿਆਰ ਵਾਲਿਓ, ਚੌਪਈ ਸਾਹਿਬ ਦੇ ਵਿੱਚ ਬਚਨ ਆਉਂਦੇ ਨੇ, ਸੁਣੈ ਗੁੰਗ ਜੋ ਯਾਹੇ ਸੋ ਰਸਨਾ ਪਾਵਈ, ਸੁਣੈ ਮੂੜ ਚਿਤ ਲਾਏ ਚਤੁਰਤਾ ਆਵਈ, ਕਿ ਇਸ ਬਾਣੀ ਦੇ ਵਿੱਚ, ਇਸ ਸਿਮਰਨ ਦੇ ਵਿੱਚ ਤੇ ਤਾਕਤ ਹੈ। ਜਿਸ ਕੋਲ ਜ਼ੁਬਾਨ ਨਹੀਂ, ਬੋਲਣ ਦੀ ਸਮਰੱਥਾ ਨਹੀਂ, ਜੇ ਉਹ ਗੁਰੂ ਕੀ ਬਾਣੀ ਸੁਣ ਹੀ ਲਵੇ ਤੇ ਮਹਾਰਾਜ ਕਹਿੰਦੇ ਉਸ ਗੁੰਗੇ ਨੂੰ ਪਰਮਾਤਮਾ ਦੇ ਘਰੋਂ ਬੋਲਣ ਦੇ ਸ਼ਬਦ ਮਿਲ ਜਾਂਦੇ ਨੇ, ਜਿਹਦੇ ਕੋਲ ਬੋਲਣ ਦੀ ਸਮਰੱਥਾ ਨਹੀਂ। ਜਿਹਦੀ ਬੁੱਧੀ, ਜਿਹਦੀ ਮਤ ਮੂਰਖਾਂ ਵਾਲੀ ਹੈ, ਸਿਆਣਪ ਸੰਸਾਰ ਦੀ ਕੋਈ ਨਹੀਂ, ਜੇ ਉਹ ਕਿਤੇ ਗੁਰੂ ਦੇ ਸ਼ਬਦ ਨੂੰ ਸੁਣ ਲਵੇ, ਗੁਰੂ ਸ਼ਬਦ ਨੂੰ ਕਮਾ ਲਵੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਉਸ ਦੀ ਮਤ ਐਸੀ ਵਿਦਵਾਨਾਂ ਵਾਲੀ ਹੋ ਜਾਂਦੀ ਹੈ ਕਿ ਵੱਡੇ ਵੱਡੇ ਵਿਦਵਾਨ ਵੀ ਉਹਦੇ ਅੱਗੇ ਝੁੱਕ ਜਾਂਦੇ ਨੇ। ਇੱਕ ਗਿਆਨੀ ਭਗਤ ਸਿੰਘ ਹੋਏ ਨੇ, ਉਹਨਾਂ ਨੇ ਬੜਾ ਸੋਹਣਾ ਦ੍ਰਿਸ਼ਟਾਂਤ ਇਹਨਾਂ ਪੰਕਤੀਆਂ ਦੇ ਅਰਥ ਕਰਦੇ ਹੋਏ ਖਿੱਚਿਆ। ਕਹਿੰਦੇ ਕੇਵਲ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲਿਖਿਆ ਹੀ ਨਹੀਂ, ਬਲਕਿ ਜੋ ਲਿਖਿਆ ਹੈ ਸਤਿਗੁਰੂ ਦੇ ਇਤਿਹਾਸ ਦੇ ਵਿੱਚੋਂ ਉਹ ਬਾਖੂਬੀ ਸਾਨੂੰ ਨਜ਼ਰ ਵੀ ਆਉਂਦਾ। ਸੁਣੈ ਗੁੰਗ ਜੋ ਯਾਹੇ ਸੋ ਰਸਨਾ ਪਾਵਈ, ਸੁਣੈ ਮੂੜ ਚਿਤ ਲਾਏ ਚਤੁਰਤਾ ਆਵਈ। ਗਿਆਨੀ ਭਗਤ ਸਿੰਘ ਲਿਖਦੇ ਨੇ, ਜਰਾ ਦੀਦਾਰੇ ਕਰੀਏ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ। ਗੁਰ ਅਸ਼ਟਮ ਬਾਲ ਸਰੂਪ ਭਏ, ਸਮਕ੍ਰਿਸ਼ਨ ਸਰੂਪ ਦਿਖਾਏ ਦੀਆ, ਦਵਿਜ ਲਾਲ ਕੇ ਸ਼ੰਕ ਨਿਵਾਰਨ ਕੋ ਇੱਕ ਮੂਰਖ ਪਾਸ ਬੁਲਾਏ ਲਿਆ। ਕਹਿੰਦੇ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਅੱਠਵੇਂ ਸਰੂਪ ਦੇ ਵਿੱਚ, ਬਾਲ ਸਰੂਪ ਦੇ ਵਿੱਚ ਗੁਰਗੱਦੀ ਤੇ ਸੁਭਾਏਮਾਨ ਹੁੰਦੇ ਨੇ। ਗੁਰ ਅਸ਼ਟਮ ਬਾਲ ਸਰੂਪ ਭਏ, ਸਮਕ੍ਰਿਸ਼ਨ ਸਰੂਪ ਦਿਖਾਏ ਦੀਆ, ਦਵਿਜ ਲਾਲ ਕੇ ਸ਼ੰਕ ਨਿਵਾਰਨ ਕੋ ਇੱਕ ਪੰਡਿਤ ਦੇ ਸ਼ੰਕੇ ਦੂਰ ਕਰਨ ਵਾਸਤੇ ਇੱਕ ਮੂਰਖ ਪਾਸ ਬੁਲਾਏ ਲਿਆ। ਆਪਾਂ ਸਾਰੇ ਇਤਿਹਾਸ ਤੋਂ ਵਾਕਫ ਹਾਂ ਕਿ ਜਦੋਂ ਇੱਕ ਪੰਡਿਤ ਨੂੰ ਆਪਣੀ ਵਿੱਦਿਆ ਦਾ ਹੰਕਾਰ ਹੋਇਆ, ਮਨ ਵਿੱਚ ਸੋਚਣ ਲੱਗਾ ਕਿ ਨਾਮ ਤੇ ਹਰਿਕ੍ਰਿਸ਼ਨ ਹੈ, ਕੀ ਐਸੇ ਗੁਣ ਵੀ ਇਹਨਾਂ ਵਿੱਚ ਹੈ ਨੇ, ਕੋਈ ਤਾਕਤ ਵੀ ਹੈ, ਕੋਈ ਕਲਾ ਵੀ ਹੈ ਵਿਲੱਖਣ ਰੱਬ ਦੀ ਦਰਗਾਹ ਦੀ। ਮਨ ਵਿੱਚ ਸ਼ੰਕਾ ਕੀਤਾ ਕਿ ਜੇ ਹਰਿਕ੍ਰਿਸ਼ਨ ਨੇ ਨਾਮ ਕ੍ਰਿਸ਼ਨ ਭਗਵਾਨ ਤੋਂ ਵੀ ਵੱਡਾ ਰੱਖਿਆ ਹੋਇਆ, ਤੇ ਫਿਰ ਗੀਤਾ ਦੇ ਅਰਥ ਕਰਕੇ ਸੁਣੋ। ਹੁਣ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੇ ਉਹਦੇ ਸ਼ੰਕਿਆਂ ਨੂੰ ਦੂਰ ਕਰਨ ਵਾਸਤੇ ਇੱਕ ਮੂਰਖ ਪਾਸ ਬੁਲਾਏ ਲਿਆ, ਤੇ ਸਤਿਗੁਰੂ ਨੇ ਕਿਰਪਾ ਕੀਤੀ, ਸਿਰ ਰੱਖ ਛੜੀ, ਗੀਤਾ ਅਰਥ ਸੁਣੇ, ਉਸੇ ਵਕਤਾ ਖੂਬ ਬਣਾਏ ਦੀਆ, ਦਵਿਜ ਲਾਲ ਕੇ ਸੰਸੇ ਨਮਿਰਤ ਭਏ, ਗੁਰ ਚਰਨੋਂ ਮੇਂ ਆਏ ਨਿਹਾਲ ਥੀਆ। ਕਹਿੰਦੇ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਨੇ ਉਹਦੇ ਸਿਰ ਤੇ ਛੜੀ ਰੱਖ ਦਿੱਤੀ। ਮਿਹਰਾਂ ਵਾਲੀ ਛੜੀ ਦੇ ਨਾਲ ਜਦੋਂ ਉਹਦੇ ਕੋਲੋਂ ਗੀਤਾ ਦੇ ਅਰਥ ਸੁਣਾਏ ਤੇ ਉਹਦੇ ਸਾਹਮਣੇ ਵੱਡੇ ਵੱਡੇ ਵਿਦਵਾਨ ਵੀ ਝੁੱਕ ਗਏ। ਖਾਲਸਾ ਜੀ, ਸੰਸਾਰ ਦੀਆਂ ਕਿਤਾਬਾਂ, ਸੰਸਾਰ ਦੇ ਗ੍ਰੰਥ ਪੜ੍ਹ ਕੇ ਕਥਾ ਕਰ ਲੈਣੀ ਬਹੁਤ ਸੁਖੈਲੀ ਹੁੰਦੀ ਹੈ, ਪਰ ਰੱਬ ਕਥਾ ਕਰਾਵੇ, ਰੱਬ ਬੰਦੇ ਵਿੱਚ ਆਪ ਆ ਕੇ ਬੋਲੇ, ਉਹਦੇ ਲਈ ਕਈ ਜਨਮਾਂ ਦਾ ਤਪ ਚਾਹੀਦਾ, ਕਈ ਜਨਮਾਂ ਦਾ ਸਿਮਰਨ ਚਾਹੀਦਾ, ਗੁਰੂ ਅੱਗੇ ਨਿਮਰਤਾ ਚਾਹੀਦੀ ਹੈ, ਝੁਕਣਾ ਆਉਣਾ ਚਾਹੀਦਾ। ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਨੇ ਜਿੱਥੇ ਉਸ ਛੱਜੂ ਝੀਵਰ ਤੇ ਕਿਰਪਾ ਕੀਤੀ, ਰਹਿਮਤ ਕੀਤੀ, ਇਤਿਹਾਸ ਵਿੱਚ ਉਹਦਾ ਨਾਮ ਬੋਲਿਆ ਜਾਂਦਾ,
ਉੱਥੇ ਸ਼ੰਕਾ ਕਰਨ ਵਾਲੇ ਦਵਿਜ ਲਾਲ ਕੇ ਸੰਸੇ ਨਮਿਰਤ ਭਏ ਗੁਰ ਚਰਨੋਂ ਮੇ ਆਏ ਨਿਹਾਲ ਥੀਆ। ਪਾਤਸ਼ਾਹ ਨੇ ਉਹਦੇ ਸ਼ੰਕੇ ਦੂਰ ਕਰਕੇ ਵੀ ਆਪਣੇ ਚਰਨਾਂ ਵਿੱਚ ਜੋੜ ਲਿਆ। ਮੇਰੇ ਕਹਿਣ ਤੋਂ ਮੁਰਾਦ ਇਹ ਹੈ ਕਿ ਗੁਰੂ ਘਰ ਦੇ ਵਿੱਚ ਇਹ ਤਾਕਤ ਹੈ, ਇਹ ਕਲਾ ਹੈ, ਜੋ ਗੁਰ ਸ਼ਬਦ ਨੂੰ ਕਮਾ ਲਵੇ, ਗੁਰ ਸ਼ਬਦ ਨੂੰ ਸੁਣ ਲਵੇ ਨਾ, ਉਹਨੂੰ ਫਿਰ ਮੰਗਣਾ ਨਹੀਂ ਪੈਂਦਾ। ਬਿਨਾਂ ਮੰਗਿਆਂ ਹੀ ਮੁਰਾਦਾਂ ਪੂਰੀਆਂ ਹੋ ਜਾਂਦੀਆਂ। ਕਹਿੰਦੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਤੇ ਸੋਢੀ ਸੁਲਤਾਨ ਗੁਰੂ ਗਰੀਬ ਨਿਵਾਜ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕੋਲ ਸਿੱਖਾਂ ਨੇ ਜਾ ਕੇ ਬੇਨਤੀ ਕੀਤੀ, ਪਾਤਸ਼ਾਹ ਗ੍ਰਿਸਤ ਜੀਵਨ ਜਿਉਂਦਿਆਂ ਜੀਵਨ ਵਿੱਚ ਸਮਾਂ ਐਸਾ ਆ ਜਾਂਦਾ ਹੈ, ਮਨ ਬੇਚੈਨ ਹੋ ਜਾਂਦਾ ਹੈ। ਜੀਵਨ ਦੇ ਵਿੱਚ ਕਈ ਵਾਰ ਕੋਈ ਪਰੇਸ਼ਾਨੀ ਆ ਜਾਂਦੀ ਹੈ, ਤਕਲੀਫ ਆ ਜਾਂਦੀ ਹੈ, ਦੁੱਖ ਆ ਜਾਂਦੇ ਨੇ। ਸੋਢੀ ਸੁਲਤਾਨ ਗੁਰੂ ਗਰੀਬ ਨਿਵਾਜ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਿਰਪਾ ਕਰੋ, ਸਾਡੇ ਗ੍ਰਿਸਤੀਆਂ ਦੇ ਜੀਵਨ ਨੂੰ ਸੋਹਣਾ ਬਣਾਉਣ ਦਾ ਕੋਈ ਯਤਨ ਕਰੋ, ਸਾਡਾ ਜੀਵਨ ਸੋਹਣਾ ਬਣ ਜਾਵੇ, ਜੀਵਨ ਸੁਖੈਲਾ ਹੋ ਜਾਵੇ, ਸਾਡੇ ਮਨ ਦੇ ਵਿੱਚੋਂ ਬੇਚੈਨੀ ਦੂਰ ਹੋ ਜਾਵੇ। ਤੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਬਚਨ ਕੀਤਾ ਕਿ ਗੁਰੂ ਕਿਉ ਸਿੱਖੋ ਅੰਮ੍ਰਿਤ ਵੇਲੇ ਉੱਠ ਕਰਕੇ ਚੌਂਕੜਾ ਲਾ ਕਰਕੇ ਮਨ ਤੇ ਅਰ ਮੁੱਖ ਤੇ ਸਦਾ ਲਿਵ ਨਾਮ ਲਗਾਵੇ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿਣ ਲੱਗੇ ਅੰਮ੍ਰਿਤ ਵੇਲੇ ਉੱਠ ਕੇ ਨਾ ਕੇਵਲ ਬਾਹਰਲੀ ਰਸਨਾ ਤੋਂ ਨਹੀਂ ਬਲਕਿ ਮਨ ਤੇ ਅਰ ਮੁੱਖ ਤੇ ਸਦਾ ਲਿਵ ਨਾਮ ਲਗਾਵੇ। ਮਨ ਕਰਕੇ ਤਨ ਕਰਕੇ ਦੋਵਾਂ ਨੂੰ ਇਕੱਠਿਆਂ ਕਰਕੇ ਤਨ ਮਨ ਦੇ ਨਾਲ ਵਾਹਿਗੁਰੂ ਗੁਰਮੰਤਰ ਦਾ ਹੋਕਾ ਦੇਣਾ। ਮਨ ਤੇ ਅਰ ਮੁੱਖ ਤੇ ਲਿਵ ਨਾਮ ਲਗਾਵੇ। ਹਾਥਣ ਤੇ ਕਰ ਟਹਿਲ ਕੋ ਸਿੱਖ ਸੰਤ ਰਿਜਾਵੇ। ਹੁਣ ਇਹ ਬਚਨ ਵੇਖੋ ਕੈਸਾ ਬਾ ਕਮਾਲ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਕਹਿਣ ਲੱਗੇ ਪਹਿਲਾਂ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਣਾ, ਸਿਮਰਨ ਕਰਨਾ, ਗੁਰ ਸਤਿਗੁਰ ਕਾਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੇ। ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰ ਅੰਮ੍ਰਿਤ ਸਰਨਾਵੇ। ਕਈ ਵਾਰ ਸੋਚਦੇ ਮਹਾਰਾਜ ਨੇ ਦੋ ਵਾਰ ਇੱਕੋ ਅਰਥ ਦੇ ਸ਼ਬਦ ਵਰਤੇ, ਇਸ਼ਨਾਨ ਤੇ ਨਹਾਵੇ, ਪਰ ਮਹਾਰਾਜ ਕਹਿੰਦੇ ਜਦੋਂ ਗੁਰੂ ਕਾ ਸਿੱਖ ਅੰਮ੍ਰਿਤ ਵੇਲੇ ਇਹਦੀ ਜਾਗ ਖੁੱਲੇ ਨਾ, ਇਹਦੇ ਨੇਤਰ ਖੁੱਲਣ ਤੇ ਸਭ ਤੋਂ ਪਹਿਲਾਂ ਆਪਣੇ ਆਸਣ ਤੇ ਚੌਂਕੜਾ ਲਾ ਕਰਕੇ ਇੱਕ ਵਾਰ ਵਾਹਿਗੁਰੂ ਗੁਰਮੰਤਰ ਵਿੱਚ ਸੁਰਤ ਜੋੜੇ। ਸਭ ਤੋਂ ਪਹਿਲਾਂ ਉੱਠਦਿਆਂ ਸਾਰ ਵਾਹਿਗੁਰੂ ਗੁਰਮੰਤਰ ਜਪੇ। ਵਾਹਿਗੁਰੂ ਗੁਰਮੰਤਰ ਦੇ ਵਿੱਚ ਸੁਰਤ ਜੋੜ ਕੇ ਕੁਝ ਦੇਰ ਬਾਅਦ ਫਿਰ ਉਦਮ ਕਰੇ ਪਲਕੇ ਪ੍ਰਭਾਤੀ ਇਸ਼ਨਾਨ ਕਰ ਅੰਮ੍ਰਿਤ ਸਰ ਨਹਾਵੇ। ਪਹਿਲਾਂ ਨਾਮ ਦਾ ਇਸ਼ਨਾਨ ਕਰੇ, ਮਨ ਦਾ ਇਸ਼ਨਾਨ ਕਰਾਵੇ, ਮਨ ਦੇ ਇਸ਼ਨਾਨ ਤੋਂ ਬਾਅਦ ਫਿਰ ਤਨ ਦਾ ਇਸ਼ਨਾਨ ਕਰਾਵੇ। ਸਤਿਗੁਰੂ ਕਹਿੰਦੇ ਇਸ ਤਰ੍ਹਾਂ ਮਨ ਦੇ ਤਨ ਦੇ ਇਸ਼ਨਾਨ ਤੋਂ ਬਾਅਦ ਹਾਥਣ ਤੇ ਕਰ ਟਹਿਲ ਕੋ ਸਿੱਖ ਸੰਤ ਰਿਜਾਵੇ। ਆਪਾਂ ਗੁਰੂ ਦਰਬਾਰ ਵਿੱਚ ਆਉਂਦੇ ਹਾਂ ਨਾ, ਸਾਡੇ ਮਨ ਵਿੱਚ ਹੁੰਦਾ ਸੀ ਗੁਰੂ ਦੀ ਖੁਸ਼ੀ ਲੈਣੀ, ਤੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਸਿੱਖਾ ਇਸ ਦਰਬਾਰ ਦੇ ਵਿੱਚ ਗੁਰੂ ਦੀ ਖੁਸ਼ੀ ਤਾਂ ਮਿਲਦੀ ਹੈ ਜੇ ਤੂੰ ਪਹਿਲਾਂ ਸਿੱਖਾਂ ਦੀ ਖੁਸ਼ੀ ਲੈ ਲਵੇਂ। ਹਾਥਣ ਤੇ ਕਰ ਟਹਿਲ ਕੋ ਸਿੱਖ ਸੰਤ ਰਿਜਾਵੇ। ਪਹਿਲਾਂ ਸਿੱਖਾਂ ਦੀ ਸੇਵਾ ਕਰ। ਗੁਰੂ ਦਰਬਾਰ ਦੇ ਵਿੱਚ ਆਉਣ ਤੋਂ ਪਹਿਲਾਂ ਜੋੜੇ ਘਰ ਦੇ ਵਿੱਚ ਬੈਠ ਕਰਕੇ ਸਿੱਖ ਸੰਗਤ ਦੇ ਜੋੜੇ ਚਾੜ। ਗੁਰੂ ਦਰਬਾਰ ਵਿੱਚ ਆਉਣ ਤੋਂ ਪਹਿਲਾਂ ਤੂੰ ਸੰਗਤਾਂ ਦੇ ਜੁੱਠੇ ਭਾਂਡੇ ਮਾਂਜ।
ਗੁਰੂ ਦਰਬਾਰ ਵਿੱਚ ਆਉਣ ਤੋਂ ਪਹਿਲਾਂ ਸਿੱਖ ਸੰਗਤਾਂ ਦੇ ਚਰਨਾਂ ਦੀ ਧੂੜੀ ਮਸਤਕ ਤੇ ਲਾ, ਪਹਿਲਾਂ ਸਿੱਖ ਸੰਗਤਾਂ ਦੀ ਖੁਸ਼ੀ ਲੈ, ਕਿਉਂਕਿ ਸੱਚ ਹੈ ਜੋ ਗੁਰੂ ਕੇ ਸਿੱਖਾਂ ਦੀ ਖੁਸ਼ੀ ਲੈਂਦਾ ਗੁਰੂ ਕੀ ਖੁਸ਼ੀ ਉਸ ਸਿੱਖ ਦੇ ਉੱਤੇ ਸਭ ਤੋਂ ਵੱਧ ਹੁੰਦੀ ਹੈ। ਮਹਾਰਾਜ ਕਹਿੰਦੇ ਜਿਹੜਾ ਇਸ ਤਰ੍ਹਾਂ ਅੰਮ੍ਰਿਤ ਵੇਲੇ ਉੱਠ ਕੇ ਤਨ ਤੇ ਮਨ ਦਾ ਇਸ਼ਨਾਨ ਕਰਦਾ ਔਰ ਉਸ ਤੋਂ ਬਾਅਦ ਖਾਲਸਾ ਜੀ ਹਾਥਣ ਤੇ ਘਰ ਟਹਿਲ ਕੋ ਆਪਣੇ ਹੱਥੀ ਸੇਵਾ ਕਰਕੇ ਸਿੱਖ ਸੰਗਤਾਂ ਨੂੰ ਰਝਾਉਂਦਾ, ਸਿੱਖ ਸੰਗਤਾਂ ਦੀ ਖੁਸ਼ੀ ਲੈਂਦਾ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਸੋ ਮਨ ਪਿਆਰੋ ਅਧਿਕ ਹੈ, ਬਸ ਰਹੇ ਸਦੀਵਾ। ਐ ਗੁਰੂ ਕਿਉ ਸਿੱਖੋ, ਉਹ ਗੁਰੂ ਕਾ ਸਿੱਖ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੂੰ ਸਭ ਤੋਂ ਵੱਧ ਪਿਆਰਾ ਲੱਗਦਾ ਜਿਹੜਾ ਪਹਿਲਾਂ ਸਿੱਖ ਸੰਗਤਾਂ ਦੀ ਖੁਸ਼ੀ ਲੈਂਦਾ। ਸੋ ਮਨ ਪਿਆਰੋ ਅਧਿਕ ਹੈ, ਬਸ ਰਹੇ ਸਦੀਵਾ। ਕਰਨੀ ਉੱਚੀ ਨਿਤ ਕਰੈ, ਰਾਖੈ ਮਨ ਨੀਵਾਂ। ਕਹਿੰਦੇ ਉਸ ਤੋਂ ਬਾਅਦ, ਸਿਮਰਨ ਤੋਂ ਬਾਅਦ, ਸੇਵਾ ਤੋਂ ਬਾਅਦ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਮੈਨੂੰ ਸਭ ਤੋਂ ਵੱਧ ਪਿਆਰਾ ਲੱਗਦਾ ਉਹ ਸਿੱਖ ਜਿਹੜਾ ਜੀਵਨ ਵਿੱਚ ਆਪਣੀ ਕਰਨੀ, ਆਪਣੇ ਕਰਮ ਉੱਚੇ ਰੱਖਦਾ ਤੇ ਆਪਣੇ ਮਨ ਨੂੰ ਨੀਵਾਂ ਕਰਕੇ ਰੱਖਦਾ। ਜਦੋਂ ਆਪਾਂ ਅਰਦਾਸ ਕਰਦੇ ਜਾਂ ਸੁਣਦੇ ਸ਼ਬਦ ਆਉਂਦਾ ਸਿੱਖਾਂ ਦਾ ਮਨ ਨੀਵਾਂ ਤੇ ਮਤ ਉੱਚੀ, ਪਰ ਵੇਖੋ ਅਰਦਾਸ ਦੇ ਸ਼ਬਦ ਜਦੋਂ ਲਿਖੇ ਗਏ ਕੈਸੇ ਬਾ ਕਮਾਲ, ਕਿ ਮਨ ਨੀਵਾਂ ਹੈ, ਮਤ ਉੱਚੀ ਹੈ, ਪਰ ਪਾਤਸ਼ਾਹ ਮਤ ਪਤ ਦਾ ਰਾਖਾ ਵੀ ਤੂੰ ਹੀ ਹੈ। ਮਤ ਪਤ ਦਾ ਰਾਖਾ ਮੈਂ ਨਹੀਂ, ਮਤ ਪਤ ਦਾ ਰਾਖਾ ਸੰਸਾਰਕ ਕੋਈ ਉਹਦਾ ਨਹੀਂ, ਬਲਕਿ ਹੈ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ। ਜਿਸ ਵਕਤ ਮੈਂ ਤੁਹਾਡੇ ਚਰਨਾਂ ਦੇ ਉੱਤੇ ਆ ਕੇ ਸਿਜਦਾ ਕਰਦਾ, ਨਮਸਕਾਰ ਕਰਦਾ, ਮਸਤਕ ਧਰਦਾ, ਮੇਰੀ ਮਤ ਪਤ ਦਾ ਰਾਖਾ ਸਤਿਗੁਰੂ ਤੂੰ ਬਣ ਜਾਂਦਾ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਇਹ ਬਚਨ ਜੇ ਗੁਰੂ ਕਾ ਸਿੱਖ ਆਪਣੇ ਜੀਵਨ ਦੇ ਵਿੱਚ ਕਮਾਵੇ ਖਾਲਸਾ ਜੀ, ਤੇ ਇਹ ਸੱਚ ਹੈ ਕਿ ਗੁਰੂ ਦਰਬਾਰ ਵਿੱਚ ਆਪਾਂ ਜਿਤਨੇ ਵੀ ਆਉਂਦੇ ਹਾਂ, ਭਾਵੇਂ ਸੰਗਤ ਦੇ ਵਿੱਚ ਆ ਕਰਕੇ ਸਜੀਏ, ਭਾਵੇਂ ਕੋਈ ਗੁਰੂ ਦਰਬਾਰ ਦੇ ਵਿੱਚ ਆ ਕੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਵਿੱਚ ਸਜੇ ਚੌਰ ਸਾਹਿਬ ਕਰੇ, ਭਾਵੇਂ ਕੋਈ ਆ ਕੇ ਕੀਰਤਨ ਕਰੇ, ਭਾਵੇਂ ਕੋਈ ਆ ਕੇ ਕਥਾ ਕਰੇ, ਪਰ ਇਹ ਸੱਚ ਹੈ ਹਰ ਇੱਕ ਵਿਅਕਤੀ ਗੁਰੂ ਕੋਲ ਆ ਕੇ ਮੰਗ ਹੀ ਰਿਹਾ, ਅਰਦਾਸ ਹੀ ਕਰ ਰਿਹਾ। ਸਤਿਗੁਰੂ ਕਹਿੰਦੇ ਅਰਦਾਸ ਸਾਰੇ ਕਰ ਰਹੇ ਹਾਂ ਕਿ ਕੁਝ ਨਾ ਕੁਝ ਮਿਲ ਜਾਵੇ, ਕੁਝ ਨਾ ਕੁਝ ਝੋਲੀ ਵਿੱਚ ਪੈ ਜਾਵੇ, ਸਾਨੂੰ ਦਾਤ ਮਿਲ ਜਾਵੇ। ਭਾਵੇਂ ਕੋਈ ਪ੍ਰਚਾਰਕ ਹੈ, ਭਾਵੇਂ ਸੰਗਤ ਹੈ, ਸਿੱਖ ਸੰਗਤ ਹੈ, ਹਰ ਇੱਕ ਜਾਣਾ ਮੰਗ ਰਿਹਾ। ਸਤਿਗੁਰੂ ਕਹਿੰਦੇ ਗੁਰੂ ਕਿਆ ਸਿੱਖਾ, ਤੂੰ ਅੰਮ੍ਰਿਤ ਵੇਲੇ ਨੂੰ ਸਾਂਭਣ ਦਾ ਯਤਨ ਕਰ, ਨਿਤਨੇਮ ਕਰਨ ਦਾ ਯਤਨ ਕਰ, ਗੁਰੂ ਦੇ ਨਾਮ ਦੇ ਵਿੱਚ, ਗੁਰੂ ਦੇ ਅੰਮ੍ਰਿਤ ਵੇਲੇ ਵਿੱਚ ਤੇ ਐਸੀ ਤਾਕਤ ਹੈ। ਜਿਹੜਾ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰਦਾ, ਸਿਮਰਨ ਕਰਦਾ, ਉਹਨੂੰ ਦੁਨੀਆਂ ਵਿੱਚ ਕੁਝ ਮੰਗਣਾ ਨਹੀਂ ਪੈਂਦਾ, ਕਿਉਂਕਿ ਮਹਾਰਾਜ ਕਿਸੇ ਗੱਲ ਦੀ ਕਮੀ ਨਹੀਂ ਆਉਣ ਦਿੰਦੇ। ਤੋਟ ਨਾ ਆਵੇ ਵੱਧ ਦੋ ਜਾਈ। ਜਿਹੜਾ ਅੰਮ੍ਰਿਤ ਵੇਲੇ ਉੱਠ ਕਰਕੇ ਨਾਮ ਧਨ ਇਕੱਠਾ ਕਰਦਾ, ਉਹਦੇ ਘਰ ਵਿੱਚ ਕਿਸੇ ਗੱਲ ਦੀ ਤੋਟ ਨਹੀਂ ਆਉਂਦੀ। ਇੱਕ ਵਿਦਵਾਨ ਨੇ ਉਹਨਾਂ ਨੇ ਤੇ ਬੜਾ ਸੋਹਣਾ ਲਿਖਿਆ, ਕਹਿੰਦੇ ਜਦੋਂ ਤੱਕ ਬੰਦਗੀ ਨਹੀਂ ਸਾਂ ਕਰਦਾ, ਸਿਮਰਨ ਨਹੀਂ ਸਾਂ ਕਰਦਾ, ਰੋਜ਼ਾਨਾ ਰੱਬ ਦੇ ਬੂਹੇ ਤੇ ਜਾ ਕੇ ਸੰਸਾਰਕ ਸੁੱਖ ਮੰਗਦਾ ਸਾਂ, ਤੇ ਕਹਿੰਦੇ ਜੋ ਮੰਗਦਾ ਸਾਂ ਹੋ ਸਕਦਾ ਸੀ ਉਹ ਤੋਂ ਘੱਟ ਹੀ ਮਿਲਦਾ ਸੀ, ਕਿਉਂਕਿ ਨਾ ਇਹ ਸੱਚ ਹੈ। ਮੈਨੂੰ ਇੱਕ ਬਚਨ ਇੱਕ ਰੰਗਲੇ ਸੱਜਣ ਨੇ ਸੁਣਾਇਆ,
ਕਿ ਵੇਖੋ ਜਦੋਂ ਆਪਾਂ ਦੁਨੀਆਂ ਵਿੱਚ ਕੰਮ ਕਰਦੇ ਜਾਂ ਜੋਬ ਕਰਦੇ ਹਾਂ ਨਾ, ਘੱਟੋ ਘੱਟ ਹਰ ਇੱਕ ਬੰਦੇ ਨੂੰ 8 ਘੰਟੇ ਡਿਊਟੀ ਕਰਨੀ ਪੈਂਦੀ ਹੈ। ਭਾਵੇਂ ਕੋਈ ਬੈਂਕ ਵਿੱਚ ਜੋਬ ਕਰੇ, ਭਾਵੇਂ ਕੋਈ ਕਿਤੇ ਹੋਰ ਜੋਬ ਕਰੇ, 8 ਘੰਟੇ ਘੱਟ ਤੋਂ ਘੱਟ ਹਰ ਇੱਕ ਬੰਦੇ ਨੂੰ ਕੰਮ ਕਰਨਾ ਪੈਂਦਾ, ਤਾਂ ਜਾ ਕੇ ਮਹੀਨੇ ਬਾਅਦ ਤਨਖਾਹ ਸਿੱਧੀ ਅਕਾਊਂਟ 'ਚ ਆਉਂਦੀ ਹੈ। ਜੇ ਕੋਈ ਦੁਕਾਨ ਕਰਦਾ ਤੇ ਉਸ ਨੂੰ ਵੀ ਘੱਟੋ ਘੱਟ ਸਾਰਾ ਦਿਨ 8 ਘੰਟੇ ਦੁਕਾਨ ਤੇ ਬਹਿਣਾ ਪੈਂਦਾ, ਤਾਂ ਜਾ ਕੇ ਕਮਾਈ ਹੁੰਦੀ ਹੈ। ਹੁਣ ਕਹਿੰਦੇ ਸੰਸਾਰ ਵਿੱਚ ਕਮਾਈ ਕਰਨ ਵਾਸਤੇ 8 ਘੰਟੇ ਕੱਢਣੇ ਪੈਂਦੇ ਨੇ, ਤੇ ਹਜ਼ੂਰ ਸਾਹਿਬ ਜੋ ਸਿੰਘ ਸਾਹਿਬ ਬਾਬਾ ਕੁਲਵੰਤ ਸਿੰਘ ਨੇ ਉਹ ਇੱਕ ਗੱਲ ਅਕਸਰ ਕਿਹਾ ਕਰਦੇ ਨੇ ਕਿ ਭਾਈ ਸਿੱਖੋ, ਜਿਸ ਤਰ੍ਹਾਂ ਦੁਨੀਆਂ ਦੇ ਵਿੱਚ ਕਮਾਈ ਕਰਨ ਲਈ 8 ਘੰਟੇ ਕੰਮ ਕਰਨਾ ਪੈਂਦਾ, ਇਸੇ ਤਰ੍ਹਾਂ ਗੁਰੂ ਨਾਨਕ ਦੀ ਕਿਰਪਾ, ਗੁਰੂ ਨਾਨਕ ਦੀ ਰਹਿਮਤ ਲੈਣ ਲਈ ਵੀ 8 ਘੰਟੇ ਕੰਮ ਕਰਨਾ ਪਵੇਗਾ, 8 ਘੰਟੇ ਨਿਤਨੇਮ ਸਿਮਰਨ ਕਰਨਾ ਪਵੇਗਾ, ਤਾਂ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਹੋਵੇਗੀ। ਪਰ ਸ਼ੁਰੂਆਤ ਵਿੱਚ ਯਤਨ ਕਰਨਾ ਚਾਹੀਦਾ, ਇਨਸਾਨ 1 ਘੰਟੇ ਤੋਂ, 1.25 ਘੰਟੇ ਤੋਂ, ਘੱਟੋ ਘੱਟ 2.5 ਘੰਟੇ ਤੋਂ ਨਿਤਨੇਮ ਦੀ ਆਰੰਭਤਾ ਕਰੇ, ਗੁਰੂ ਚਰਨਾਂ ਦੇ ਵਿੱਚ ਹਾਜ਼ਰੀ ਲਵਾਉਣ ਲੱਗੇ। ਤੇ ਖਾਲਸਾ ਜੀ, ਜੇ ਅੱਜ ਤੋਂ ਵੀ ਸ਼ੁਰੂ ਕਰੀਏ, ਕੇਵਲ ਮੇਰੇ ਕਹਿਣ ਤੇ ਨਹੀਂ, ਆਪਣੇ ਜੀਵਨ ਦੇ ਵਿੱਚ ਅਨੁਭਵ ਕਰਕੇ ਵੇਖੋ, ਕੁਝ ਦਿਨਾਂ ਬਾਅਦ ਆਪਣੇ ਆਪ ਕੁਝ ਵੱਖਰਾ ਵਿਲੱਖਣ ਮਹਿਸੂਸ ਹੋਵੇਗਾ। ਉਹ ਵਿਦਵਾਨ ਲਿਖਦਾ ਕਿ ਜਦੋਂ ਮੈਂ ਬੰਦਗੀ ਕਰਨ ਲੱਗਾ, ਸਿਮਰਨ ਕਰਨ ਲੱਗਾ, ਪਹਿਲਾਂ ਮੈਂ ਸਾਗਰ ਮੰਗਦਾ ਸਾਂ, ਮੈਨੂੰ ਬੂੰਦ ਮਿਲਦੀ ਸੀ। ਕਹਿੰਦਾ ਪਹਿਲਾਂ ਮੈਂ ਸੂਰਜ ਮੰਗਦਾ ਸਾਂ, ਮੈਨੂੰ ਦੀਵੇ ਦੀ ਰੋਸ਼ਨੀ ਮਿਲਦੀ ਸੀ, ਪਰ ਅੰਮ੍ਰਿਤ ਵੇਲੇ ਉੱਠ ਕੇ ਬੰਦਗੀ ਕਰਨ ਤੋਂ ਬਾਅਦ ਮੈਂ ਮੰਗਾਂ ਇੱਕ ਫੁੱਲ ਤੂੰ ਗੁਲਿਸਤਾਨ ਸਜਾਏ, ਮੈਂ ਚਾਹਾਂ ਇੱਕ ਬੂੰਦ ਤੂੰ ਸਾਗਰ ਉਮੜਾਏ, ਮੈਂ ਮੰਗਾਂ ਜੀਵਨ ਵਿੱਚ ਦੀਵੇ ਦੀ ਜੋਤੀ ਤੂੰ ਲੱਖਾਂ ਸੂਰਜ ਉਮੜਾਏ। ਕਹਿਣ ਲੱਗਾ ਕਿ ਪਹਿਲਾਂ ਮੈਂ ਇੱਕ ਗੁਲਸਤਾਨ ਮੰਗਦਾ ਸਾਂ, ਬਾਗ ਮੰਗਦਾ ਸਾਂ, ਮੈਨੂੰ ਇੱਕ ਫੁੱਲ ਮਿਲਦਾ ਸੀ, ਸਾਗਰ ਮੰਗਦਾ ਸਾਂ, ਇੱਕ ਬੂੰਦ ਮਿਲਦੀ ਸੀ, ਪਰ ਅੱਜ ਬੰਦਗੀ ਕਰਨ ਤੋਂ ਬਾਅਦ ਮੈਂ ਕੇਵਲ ਇਹ ਕਹਿੰਦਾ, ਰੱਬ ਇਹ ਖੁਦਾ ਮੇਰੇ ਤੇ ਕਿਰਪਾ ਕਰ, ਮੈਂ ਇੱਕ ਫੁੱਲ ਜਿੰਨੀ ਦਾਤ ਮੰਗਦਾ ਤੇ ਪਰਮਾਤਮਾ ਤੂੰ ਮੇਰੇ ਵਾਸਤੇ ਫੁੱਲਾਂ ਦੇ ਬਗੀਚੇ ਬਣਾ ਦਿੰਦਾ। ਭਾਵ ਮੰਗ ਛੋਟੀ ਜਿਹੀ ਹੁੰਦੀ ਹੈ, ਪਰ ਗੁਰੂ ਕਿਰਪਾ ਕਰਕੇ, ਗੁਰੂ ਰਹਿਮਤ ਕਰਕੇ, ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਬਖਸ਼ਿਸ਼ ਕਰਕੇ ਸਾਡੀ ਸੋਚ ਤੋਂ ਵੱਧ ਕੇ ਸਾਨੂੰ ਦਾਤ ਦੇ ਦਿੰਦਾ। ਮੈਂ ਮੰਗਾਂ ਇੱਕ ਫੁੱਲ ਤੂੰ ਗੁਲਿਸਤਾਨ ਸਜਾਏ, ਮੈਂ ਚਾਹਾਂ ਇੱਕ ਬੂੰਦ ਤੂੰ ਸਾਗਰ ਉਮੜਾਏ। ਜੇ ਮੈਂ ਪਰਮਾਤਮਾ ਦੇ ਕੋਲੋਂ ਇੱਕ ਬੂੰਦ ਮੰਗਦਾ ਪਾਣੀ ਦੀ, ਤੇ ਕਹਿੰਦੇ ਅੱਜ ਅੰਮ੍ਰਿਤ ਵੇਲੇ ਤੋਂ ਸਿਮਰਨ ਕਰਨ ਤੋਂ ਬਾਅਦ ਇੱਕ ਬੂੰਦ ਨਹੀਂ ਮਿਲਦੀ, ਬਲਕਿ ਰੱਬ ਦੀ ਕਿਰਪਾ ਦਾ ਸਾਗਰ ਮਿਲ ਜਾਂਦਾ ਹੈ, ਸਮੁੰਦਰ ਮਿਲ ਜਾਂਦਾ ਹੈ। ਇਹ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਪਾਰ ਬਖਸ਼ਿਸ਼ ਕੀਤੀ। ਮੈਂ ਅੱਜ ਵੀ ਗੁਰਦੁਆਰਾ ਸੀਸਗੰਜ ਸਾਹਿਬ ਵੀ ਬੇਨਤੀ ਕੀਤੀ ਕਿ ਖਾਲਸਾ ਜੀ, ਹਲੇ ਅਸੀਂ ਸੰਸਾਰ ਵਿੱਚ ਕਿੰਨੀਆਂ ਭੁੱਲਾਂ ਕਰਦੇ ਹਾਂ, ਸਹਿਜ ਪਾਠ ਕਰਨ ਨੂੰ ਤਿਆਰ ਨਹੀਂ, ਨਿਤਨੇਮ ਕਰਨ ਨੂੰ ਤਿਆਰ ਨਹੀਂ, ਪਰ ਵੇਖੋ ਪਰਮਾਤਮਾ ਕਿੱਦਾਂ ਦਿਆਲੂ ਕਿਰਪਾਲੂ ਹੈ। ਇੱਕ ਵਿਦਵਾਨ ਲਿਖਦਾ ਹੈ, ਹਮਾਰੀ ਬੇਵਫਾ ਪਰ ਵੀ ਵੋ ਇਤਨਾ ਦੇਤਾ ਹੈ, ਹਮ ਬਾ ਵਫਾ ਹੋਤੇ ਤੋ ਕਿਆ ਹੋਤਾ, ਕਿ ਹਲੇ ਤੱਕ ਰੱਬ ਨਾਲ ਵਫਾ ਕਰਨ ਦੀ ਜਾਂਚ ਨਹੀਂ ਆ ਰਹੀ, ਰੱਬ ਦੇ ਹੁਕਮ ਨੂੰ ਮੰਨਣ ਦੀ ਜਾਂਚ ਨਹੀਂ ਆ ਰਹੀ, ਪਰ ਫਿਰ ਵੀ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਸੰਸਾਰ ਵਿੱਚ ਡਿੱਗਣ ਨਹੀਂ ਦਿੰਦਾ,
ਸੰਸਾਰ ਵਿੱਚ ਡੋਲਣ ਨਹੀਂ ਦਿੰਦਾ, ਪਰ ਜੇ ਕਿਤੇ ਮੈਂ ਪਰਮਾਤਮਾ ਦੇ ਨਾਲ ਗੁਰੂ ਕਲਗੀਧਰ ਪਾਤਸ਼ਾਹ ਦੇ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਵਫਾ ਕਰਨ ਲੱਗ ਜਾਵਾਂ, ਨਿਤਨੇਮ ਕਰਨ ਲੱਗ ਜਾਵਾਂ, ਅੰਮ੍ਰਿਤ ਵੇਲੇ ਉੱਠ ਕੇ ਸਿਮਰਨ ਦੇ ਵਿੱਚ ਸੁਰਤ ਜੋੜਨ ਲੱਗ ਜਾਵਾਂ, ਤੇ ਹੋ ਸਕਦਾ ਕਲਗੀਧਰ ਸਵਾਮੀ ਆਪ ਆ ਕੇ ਨਾਲ ਖੜ ਜਾਣ। ਸਾਜਨੜਾ ਮੇਰਾ ਸਾਜਨੜਾ, ਨਿਕਟ ਖਲੋਇੜਾ ਮੇਰਾ ਸਾਜਨੜਾ। ਸੋ ਖਾਲਸਾ ਜੀ, ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਲੈ ਕਰਕੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਬਖਸ਼ਿਸ਼ ਕੀਤੀ ਕਿ ਗੁਰੂ ਕੇ ਸਿੱਖ ਦੇ ਵਿੱਚ ਤਿੰਨ ਅੰਮ੍ਰਿਤ ਦਿੱਤੇ ਨੇ। ਆਪਾਂ ਆਨੰਦ ਸਾਹਿਬ ਦੇ ਵਿੱਚ ਬਚਨ ਪੜ੍ਹਦੇ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਕਿ ਜਿਸ ਅੰਮ੍ਰਿਤ ਨੂੰ ਦੇਵੀ ਦੇਵਤੇ ਵੀ ਲੋਚਦੇ ਸਨ, ਰਿਸ਼ੀ ਮੁਨੀ ਲੋਚਦੇ ਸਨ, ਪਰ ਉਹ ਅੰਮ੍ਰਿਤ ਪ੍ਰਾਪਤ ਨਹੀਂ ਹੋਇਆ। ਤੇ ਵੇਖੋ ਗੁਰੂ ਸਾਹਿਬ ਨੇ ਕਿਰਪਾ ਕੀਤੀ, ਕਿੱਥੇ ਅੰਮ੍ਰਿਤ ਇੱਕ ਲੋਚਦੇ ਸਨ, ਇੱਕ ਵੀ ਨਹੀਂ ਮਿਲਿਆ। ਇੱਥੇ ਬਿਨਾਂ ਮੰਗਿਆਂ ਗੁਰੂ ਨਾਨਕ ਸਾਹਿਬ ਨੇ ਸਿੱਖਾਂ ਨੂੰ ਤਿੰਨ ਤਰ੍ਹਾਂ ਦਾ ਅੰਮ੍ਰਿਤ ਦੇ ਦਿੱਤਾ। ਸਭ ਤੋਂ ਪਹਿਲਾਂ ਅੰਮ੍ਰਿਤ ਗੁਰੂ ਨਾਨਕ ਸਾਹਿਬ ਨੇ ਦਿੱਤਾ ਅੰਮ੍ਰਿਤ ਵੇਲੇ ਦਾ। ਜਿਹੜਾ ਸਿੱਖ ਅੰਮ੍ਰਿਤ ਵੇਲਾ ਸਾਂਭਦਾ, ਅੰਮ੍ਰਿਤ ਵੇਲੇ ਉੱਠ ਕਰਕੇ ਗੁਰੂ ਨਾਨਕ ਦੀ ਯਾਦ ਵਿੱਚ ਜੁੜਦਾ, ਜਿਹੜਾ ਅੰਮ੍ਰਿਤ ਵੇਲੇ ਗੁਰੂ ਨਾਨਕ ਅੱਗੇ ਝੁੱਕ ਜਾਂਦਾ, ਗੁਰੂ ਨਾਨਕ ਸਾਹਿਬ ਉਹਨੂੰ ਦੁਨੀਆਂ ਅੱਗੇ ਝੁਕਣ ਨਹੀਂ ਦਿੰਦੇ। ਸਭ ਤੋਂ ਪਹਿਲਾਂ ਦਿੱਤਾ ਅੰਮ੍ਰਿਤ ਵੇਲਾ। ਦੂਸਰਾ, ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚੋਂ ਸਿੱਖ ਨੂੰ ਮਿਲਦੀ ਹੈ ਅੰਮ੍ਰਿਤ ਬਾਣੀ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਦੂਸਰੀ ਮਿਲਦੀ ਹੈ ਅੰਮ੍ਰਿਤ ਬਾਣੀ, ਜਿਸ ਬਾਣੀ ਦੇ ਬਚਨ ਸੁਣ ਕਰਕੇ, ਪੜ੍ਹ ਕਰਕੇ ਅੰਦਰ ਠੰਡ ਵਰਤਦੀ ਹੈ, ਹਿਰਦਾ ਸ਼ਾਂਤ ਹੋ ਜਾਂਦਾ ਹੈ, ਮਨ ਦੀ ਬੇਚੈਨੀ ਦੂਰ ਹੋ ਜਾਂਦੀ ਹੈ। ਤੀਸਰਾ, ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਨੇ ਕਿਰਪਾ ਕੀਤੀ, ਖੰਡੇ ਬਾਟੇ ਦਾ ਅੰਮ੍ਰਿਤ ਦੇ ਦਿੱਤਾ। ਕਹਿੰਦੇ ਜਿਹੜੇ ਸਿੱਖ ਦੇ ਜੀਵਨ ਦੇ ਵਿੱਚ ਇਹ ਤਿੰਨ ਅੰਮ੍ਰਿਤ ਹੁੰਦੇ ਨੇ ਖਾਲਸਾ ਜੀ, ਉਹ ਸਿੱਖ ਦਾ ਜੀਵਨ ਭਗਤਾਂ ਦੀ ਤਰ੍ਹਾਂ ਸੋਹਣਾ ਬਣ ਜਾਂਦਾ, ਸੁਖੈਲਾ ਬਣ ਜਾਂਦਾ, ਭਗਤਾਂ ਦੀ ਤਰ੍ਹਾਂ ਉਹਦੀ ਸੰਸਾਰ ਦੇ ਤਖਤੇ ਦੇ ਉੱਤੇ ਕੋਈ ਉਸਨੂੰ ਬੇਇੱਜ਼ਤ ਨਹੀਂ ਕਰ ਸਕਦਾ। ਭਗਤਾਂ ਦੀ ਤਰ੍ਹਾਂ ਉਸਨੂੰ ਸੰਸਾਰ ਦੇ ਤਖਤੇ ਦੇ ਉੱਪਰ ਖਾਲਸਾ ਜੀ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਆਪ ਆ ਕੇ ਗਲਵਕੜੀ ਵਿੱਚ ਲੈਂਦਾ। ਵੇਖੋ ਜੇ ਆਪਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਇਤਿਹਾਸ ਨੂੰ, ਸਤਿਗੁਰੂ ਗੁਰੂ ਅੰਗਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਇਤਿਹਾਸ ਨੂੰ, ਦਸੇ ਪਾਤਸ਼ਾਹੀਆਂ ਦੇ ਇਤਿਹਾਸ ਨੂੰ ਪੜ੍ਹਦੇ ਹਾਂ, ਇੱਕ ਬਚਨ ਬਾਰ ਬਾਰ ਸਾਨੂੰ ਇਤਿਹਾਸ ਦੇ ਵਿੱਚੋਂ ਮਿਲਦਾ ਕਿ ਗੁਰੂ ਕਿਹਾ ਸਿੱਖਾ ਤੂੰ ਅੰਮ੍ਰਿਤ ਵੇਲੇ ਉੱਠ ਕੇ ਬੰਦਗੀ ਕਰ। ਕਿਉਂਕਿ ਭਗਤ ਫਰੀਦ ਜੀ ਲਿਖਦੇ, ਫਰੀਦਾ ਪਿੱਛਲ ਰਾਤ ਨਾ ਜਾਗਿਓ, ਜੀਵੰਦੜੋ ਮੋਇਓ ਹੈ, ਜੇ ਤੈ ਰੱਬ ਵਿਸਾਰਿਆ ਰੱਬ ਨਾ ਵਿਸਾਰਿਓ ਹੈ। ਭਗਤ ਫਰੀਦ ਜੀ ਕਹਿੰਦੇ ਜੇ ਤੂੰ ਅੰਮ੍ਰਿਤ ਵੇਲੇ ਉੱਠ ਕੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਸਿਮਰਨ ਵਿੱਚ ਨਹੀਂ ਜੁੜਦਾ, ਨਿਤਨੇਮ ਨਹੀਂ ਕਰਦਾ, ਤਾਂ ਖਾਲਸਾ ਜੀ ਭਗਤ ਸਾਹਿਬ ਕਹਿੰਦੇ ਤੂੰ ਅਸਲ ਵਿੱਚ ਜੀਵਨ ਜੀ ਨਹੀਂ ਰਿਹਾ, ਆਤਮਕ ਤੌਰ ਤੇ ਮੌਤ ਹੋ ਚੁੱਕੀ ਹੈ। ਹਲੇ ਤੱਕ ਅੰਦਰ ਉਹ ਜੀਵਨ ਪਦਵੀ ਨਹੀਂ ਮਿਲੀ ਜਿਹੜੀ ਜੀਵਨ ਪਦਵੀ ਭਗਤ ਸਾਹਿਬ ਨੂੰ ਮਿਲ ਚੁੱਕੀ ਸੀ। ਭਗਤ ਸਾਹਿਬ ਕਹਿੰਦੇ ਇਸ ਕਰਕੇ ਨਾ, ਜਦੋਂ ਘਰ ਦੇ ਵਿੱਚ ਮੰਨ ਲਓ ਕਿਸੇ ਲਾਈਟ ਦੇ ਉੱਤੇ ਕਾਲਕ ਲੱਗ ਜਾਵੇ, ਕਿਸੇ ਕੱਪੜੇ ਤੇ ਕਾਲਕ ਲੱਗ ਜਾਵੇ ਨਾ,
ਕੁਝ ਸਮਾਂ ਇਨਸਾਨ ਕੱਪੜਾ ਲੈ ਕਰਕੇ ਲਾਈਟ ਦੇ ਉੱਤੋਂ ਕਾਲਕ ਨੂੰ ਸਾਫ਼ ਕਰਦਾ, ਜਾਂ ਜੇ ਕਿਸੇ ਕੱਪੜੇ ਦੇ ਉੱਤੇ ਸਫ਼ੇਦ ਕੱਪੜੇ ਦੇ ਉੱਤੇ ਕਾਲਕ ਲੱਗ ਜਾਵੇ, ਇਨਸਾਨ ਸਾਬਣ ਲੈ ਕਰਕੇ ਉਸ ਸਫ਼ੇਦ ਕੱਪੜੇ ਨੂੰ ਧੋਂਦਾ ਹੈ, ਕਿਉਂਕਿ ਜਦੋਂ ਸਫ਼ੇਦ ਕੱਪੜੇ 'ਤੇ ਕਾਲਕ ਲੱਗ ਜਾਵੇ ਤਾਂ ਖਾਲਸਾ ਜੀ ਕਾਲੇ ਰੰਗ ਦੇ ਪ੍ਰਭਾਵ ਦੇ ਨਾਲ ਉਹਦਾ ਸਫ਼ੇਦ ਰੰਗ ਲੁੱਕ ਜਾਂਦਾ, ਨਜ਼ਰ ਨਹੀਂ ਆਉਂਦਾ। ਇਸੇ ਤਰ੍ਹਾਂ ਜਦੋਂ ਆਪਾਂ ਨੇਤਰ ਬੰਦ ਕਰਦੇ ਹਾਂ, ਸਾਡੇ ਮਨ ਦੇ ਕੱਪੜੇ ਦੇ ਉੱਤੇ ਕਾਲਕ ਬੜੀ ਵੱਡੀ ਲੱਗੀ ਹੋਈ ਹੈ। ਅੱਜ ਵੀ ਭਾਵੇਂ ਹੁਣ ਗੁਰੂ ਦਰਬਾਰ ਵਿੱਚ ਨੇਤਰ ਬੰਦ ਕਰ ਲਓ, ਅੱਖਾਂ ਅੱਗੇ ਕਾਲਕ ਆਉਂਦੀ ਹੈ, ਕਾਲਾ ਹਨੇਰਾ ਹੀ ਨਜ਼ਰ ਆਉਂਦਾ। ਪਲਕਾਂ ਬੰਦ ਕਰਕੇ ਕੁਝ ਨਜ਼ਰ ਨਹੀਂ ਆਉਂਦਾ, ਬਲਕਿ ਕਾਲਕ ਨਜ਼ਰ ਆਉਂਦੀ ਹੈ, ਤੇ ਉਹ ਕਾਲਕ ਹਮੇਸ਼ਾ ਸਾਨੂੰ ਚੇਤੇ ਕਰਾਉਂਦੀ ਹੈ ਕਿ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹੋ। ਹੁਣ ਕਹਿੰਦੇ ਜਿਵੇਂ ਕੱਪੜਾ ਲੈ ਕੇ ਤੂੰ ਟਿਊਬਲਾਈਟ ਸਾਫ਼ ਕਰਦਾ, ਸਾਬਣ ਲੈ ਕਰਕੇ ਸਫ਼ੇਦ ਕੱਪੜੇ ਦੀ ਕਾਲਕ ਦੂਰ ਕਰਦਾ, ਗੁਰੂ ਕਿਹਾ ਸਿੱਖਾ ਹੁਣ ਤੂੰ ਯਤਨ ਕਰ, ਅੰਮ੍ਰਿਤ ਵੇਲੇ ਉੱਠ ਕੇ ਪਲਕਾਂ ਬੰਦ ਕਰਕੇ ਸੁਰਤ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਜੋੜ ਕਰਕੇ ਮਨ ਦੀ ਕਾਲਕ ਦੂਰ ਕਰ। ਭਰੀਏ ਮਤ ਪਾਪਾ ਕੈ ਸੰਗ ਉਹ ਧੋਪੈ, ਨਾਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਨਾ ਲਿਖ ਲੈ ਜਾਹੋ। ਇਸ ਤਰ੍ਹਾਂ ਟਕਾ ਦੇ ਨਾਲ, ਚਾਹ ਦੇ ਨਾਲ ਤੂੰ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਬੰਦਗੀ ਵਿੱਚ ਜੁੜ। ਮੈਂ ਬੇਨਤੀ ਕਰਾਂ ਕਿ ਖਾਲਸਾ ਜੀ, ਜਿਹੜਾ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜ੍ਹੇ ਨਾ, ਉਹ ਇੰਨੇ ਕੇ ਚਾਅ ਦੇ ਨਾਲ, ਇੰਨੇ ਕੇ ਪ੍ਰੇਮ ਦੇ ਨਾਲ ਬਾਣੀ ਪੜ੍ਹਿਆ ਕਰੇ ਕਿ ਇੱਕ ਬਾਣੀ ਪੜ੍ਹ ਰਹੇ ਸਿੱਖ ਨੂੰ ਵੇਖ ਕੇ ਰਾਹ ਦੇ ਵਿੱਚੋਂ ਜਾਂ ਘਰ ਵਿੱਚ ਕੋਈ ਦੂਸਰਾ ਸੱਜਣ ਜਿਹੜਾ ਨਹੀਂ ਜੁੜਿਆ ਗੁਰੂ ਦੇ ਨਾਲ, ਜਦੋਂ ਉਹ ਤੁਹਾਨੂੰ ਬਾਣੀ ਪੜ੍ਹਦੇ ਹੋਏ ਨੂੰ ਵੇਖੇ, ਉਹਦਾ ਵੀ ਮਨ ਜੁੜ ਜਾਵੇ। ਕਿਉਂਕਿ ਜਿਸ ਵਕਤ ਭਾਈ ਲਹਿਣਾ ਜੀ ਦੇਵੀ ਦੀ ਤੀਰਥ ਯਾਤਰਾ ਤੇ ਜਾਇਆ ਕਰਦੇ ਸਨ, ਰਸਤੇ ਵਿੱਚ ਭਾਈ ਜੋਧ ਜੀ ਬਾਣੀ ਪਏ ਪੜ੍ਹਦੇ ਸਨ। ਜੇ ਭਾਈ ਜੋਧ ਜੀ ਅੰਮ੍ਰਿਤ ਵੇਲੇ ਉੱਠ ਕੇ ਚਾਹ ਦੇ ਨਾਲ, ਪ੍ਰੇਮ ਦੇ ਨਾਲ ਬਾਣੀ ਪੜ੍ਹਦੇ ਸਨ, ਭਾਈ ਲਹਿਣਾ ਜੀ ਦੇ ਕੰਨਾਂ ਦੇ ਵਿੱਚ ਉਹ ਬਾਣੀ ਦੇ ਬੋਲ ਗਏ, ਬਾਣੀ ਦੇ ਬੋਲਾਂ ਦੇ ਨਾਲ ਉਸ ਸਿੱਖ ਦੇ ਜੀਵਨ ਦੇ ਨਾਲ ਭਾਈ ਲਹਿਣਾ ਜੀ ਦਾ ਜੀਵਨ ਬਦਲ ਗਿਆ। ਜਿਸ ਵਕਤ ਭਾਈ ਲਹਿਣਾ ਜੀ ਗੁਰੂ ਨਾਨਕ ਸਾਹਿਬ ਦੇ ਦੀਦਾਰਿਆਂ ਲਈ ਜਾਂਦੇ ਨੇ, ਆਪਾਂ ਸਾਰੇ ਜਾਣਦੇ ਮਹਾਰਾਜ ਘੋੜੇ ਤੇ ਸਵਾਰ ਹੋ ਕੇ ਗਏ। ਭਾਈ ਲਹਿਣਾ ਜੀ ਘੋੜੇ ਤੇ ਸਵਾਰ ਹੋ ਕੇ ਗਏ, ਗੁਰੂ ਨਾਨਕ ਸਾਹਿਬ ਦਾ ਸਹੀ ਪਤਾ ਨਹੀਂ ਮਾਲੂਮ। ਕਹਿੰਦੇ ਜਦੋਂ ਜੰਗਲ ਦੇ ਵਿੱਚੋਂ ਲੰਘੇ, ਸਾਹਮਣੇ ਇੱਕ ਰੱਬ ਦਾ ਪਿਆਰਾ, ਇੱਕ ਰੱਬ ਦਾ ਫਕੀਰ ਵੇਖਿਆ, ਤੇ ਭਾਈ ਲਹਿਣਾ ਜੀ ਜਾ ਕੇ ਕਹਿੰਦੇ ਨੇ, ਕਹਿੰਦੇ ਮੈਂ ਸੁਣਿਆ ਇੱਥੇ ਖੁਦਾ ਕਾ ਰੂਪ ਗੁਰੂ ਨਾਨਕ ਸਾਹਿਬ ਰਹਿ ਕੇ ਸਿੱਖ ਸੰਗਤਾਂ ਨੂੰ ਤਾਰਦੇ ਨੇ, ਨਾਮ ਦਾ ਹੋਕਾ ਦੇ ਕੇ ਮੈਨੂੰ ਉਹਨਾਂ ਦਾ ਪਤਾ ਦੱਸ ਦਿਓ। ਹੁਣ ਸਾਹਮਣੇ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਆਪ ਹੀ ਨੇ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਮੁਸਕਰਾ ਕੇ ਕਹਿਣ ਲੱਗੇ, ਭਾਈ ਸਿੱਖਾ ਤੈਨੂੰ ਮੈਂ ਬਾਬੇ ਨਾਨਕ ਕੋਲ ਲੈ ਤੇ ਜਾਵਾਂਗਾ, ਤੈਨੂੰ ਮੈਂ ਛੱਡ ਕੇ ਤੇ ਆਵਾਂਗਾ, ਪਰ ਤੈਨੂੰ ਇੱਕ ਕੰਮ ਕਰਨਾ ਪੈਣਾ। ਹੁਣ ਭਾਈ ਲਹਿਣਾ ਜੀ ਕਹਿਣ ਲੱਗੇ, ਕਿਹੜਾ ਕੰਮ? ਕਹਿੰਦੇ ਤੈਨੂੰ ਆਪਣੇ ਘੋੜੇ ਦੀ ਲਗਾਮ ਮੇਰੇ ਹੱਥ ਵਿੱਚ ਦੇਣੀ ਪੈਣੀ। ਭਾਈ ਲਹਿਣਾ ਜੀ ਨੇ ਘੋੜੇ ਦੀ ਲਗਾਮ ਬਾਬਾ ਨਾਨਕ ਦੇ ਗੁਰੂ ਨਾਨਕ ਸਾਹਿਬ ਦੇ ਹੱਥਾਂ ਵਿੱਚ ਪਕੜਾ ਦਿੱਤੀ। ਹੁਣ ਵੇਖੋ ਬੜਾ ਸੌਖਾ ਜੇ ਬਚਣ ਲੱਗਦੇ ਨੇ ਕਿ ਮਹਾਰਾਜ ਨੇ ਕਿਹਾ ਘੋੜੇ ਦੀ ਲਗਾਮ ਪਕੜਾ, ਤੇ ਮਹਾਰਾਜ ਭਾਈ ਲਹਿਣਾ ਜੀ ਨੇ ਘੋੜੇ ਦੀ ਲਗਾਮ ਪਕੜਾ ਦਿੱਤੀ।
ਪਰ ਅਸਲ ਵਿੱਚ ਸਿੱਖਿਆ ਬੜੀ ਵੱਡੀ ਮਿਲ ਰਹੀ ਸੀ ਕਿ ਜਦੋਂ ਬੰਦਾ ਵੀ ਗੁਰੂ ਕੋਲ ਆਉਂਦਾ, ਅੱਜ ਆਪਾਂ ਗੁਰੂ ਕੋਲ ਆਏ ਹਾਂ, ਅਸੀਂ ਮਨ ਦੇ ਘੋੜੇ ਤੇ ਸਵਾਰ ਹੋ ਕੇ ਆਉਂਦੇ ਹਾਂ, ਮਨ ਦੇ ਘੋੜੇ ਤੇ ਸਵਾਰ ਹੋ ਕੇ ਆਏ ਹਾਂ। ਸਤਿਗੁਰੂ ਕਹਿੰਦੇ ਗੁਰੂ ਕੋਲ ਹਰ ਇੱਕ ਵਿਅਕਤੀ ਮਨ ਦੇ ਘੋੜੇ ਤੇ ਸਵਾਰ ਹੋ ਕੇ ਹੀ ਆਉਂਦਾ, ਪਰ ਕਿਰਪਾ ਉਸ ਗੁਰੂ ਕੇ ਸਿੱਖ ਤੇ ਹੁੰਦੀ ਹੈ ਜਿਹੜਾ ਮਨ ਦੇ ਘੋੜੇ ਦੀ ਲਗਾਮ ਗੁਰੂ ਨੂੰ ਦੇ ਦਿੰਦਾ। ਜਦੋਂ ਮਨ ਦੇ ਘੋੜੇ ਦੀ ਲਗਾਮ ਗੁਰੂ ਦੇ ਹੱਥ ਵਿੱਚ ਪਕੜਾ ਦਿੰਦਾ, ਮਨ ਵੇਚੈ ਸਤਿਗੁਰ ਕੇ ਪਾਸ ਤਿਸ ਸੇਵਕ ਕੇ ਕਾਰਜ ਰਾਸ, ਜਦੋਂ ਆਪਣਾ ਮਨ ਰੂਪੀ ਘੋੜਾ ਗੁਰੂ ਨੂੰ ਵੇਚ ਦਿੰਦਾ, ਫਿਰ ਉਹਦੇ ਸਾਰੇ ਕਾਰਜ ਰਾਸ ਹੋ ਜਾਂਦੇ। ਦੂਸਰਾ, ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ, ਧੰਨ ਗੁਰੂ ਅੰਗਦ ਸਾਹਿਬ ਜੀ ਦੀ ਸਪੁੱਤਰੀ ਦੇ ਕੋਲੋਂ ਅੰਮ੍ਰਿਤ ਵੇਲੇ ਸ਼ਬਦ ਹੀ ਤਾਂ ਸੁਣਦੇ ਨੇ। ਉਹ ਸ਼ਬਦ ਦੇ ਬੋਲ ਜਦੋਂ ਕੰਨਾਂ ਵਿੱਚ ਪੈਂਦੇ ਨੇ, ਤਦ ਹੀ ਬਾਬਾ ਅਮਰਦਾਸ ਜੀ ਦੇ ਹਿਰਦੇ ਦੇ ਵਿੱਚ ਵੈਰਾਗ ਛਿੜਦਾ, ਪਰਮਾਤਮਾ ਨੂੰ ਮਿਲਣ ਲਈ ਤੜਪ ਛਿੜਦੀ ਹੈ। ਤੇ ਧੰਨ ਗੁਰੂ ਅੰਗਦ ਦੇਵ ਜੀ ਦੀ ਸਪੁੱਤਰੀ ਨੂੰ ਕਹਿੰਦੇ ਨੇ ਕਿ ਬੇਟਾ, ਇਹ ਬਾਣੀ ਕਿੰਨਾ ਦੀ ਹੈ? ਇਹ ਬਾਣੀ ਦੇ ਬੋਲ ਸੁਣ ਕੇ ਮੇਰੇ ਹਿਰਦੇ ਤਾਂ ਹੀ ਠੰਡ ਪਈ ਹੈ, ਮੇਰੇ ਹਿਰਦੇ ਤੱਕ ਬੇਚੈਨੀ ਦੂਰ ਹੋਈ ਹੈ ਮਨ ਦੀ। ਸਤਿਗੁਰੂ ਗੁਰੂ ਅੰਗਦ ਸਾਹਿਬ ਦੀ ਸਪੁੱਤਰੀ ਨੇ ਕਿਹਾ, ਇਹ ਬਾਣੀ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਹੈ। ਕਹਿਣ ਲੱਗੇ, ਮੈਨੂੰ ਉਹਨਾਂ ਕੋਲ ਲੈ ਚੱਲੋ। ਉਹਨਾਂ ਨੇ ਕਿਹਾ ਕਿ ਸਤਿਕਾਰਯੋਗ ਪਿਤਾ ਜੀ, ਇਸ ਵਕਤ ਗੁਰਗੱਦੀ ਤੇ ਧੰਨ ਗੁਰੂ ਅੰਗਦ ਸਾਹਿਬ ਸੁਭਾਏਮਾਨ ਨੇ। ਬਾਬਾ ਅਮਰਦਾਸ ਜੀ ਕਹਿਣ ਲੱਗੇ, ਮੈਨੂੰ ਉਹਨਾਂ ਦੇ ਦੀਦਾਰਿਆਂ ਵਾਸਤੇ ਲੈ ਚੱਲੋ। ਹੁਣ ਵੇਖੋ, ਭਾਵੇਂ ਤੇ ਰਿਸ਼ਤੇ ਦੇ ਵਿੱਚ ਧੰਨ ਗੁਰੂ ਅੰਗਦ ਸਾਹਿਬ ਜੀ ਦੇ ਬਾਬਾ ਅਮਰਦਾਸ ਜੀ ਕੁੜਮਾਈ ਦੇ ਰਿਸ਼ਤੇ ਵਿੱਚੋਂ ਲੱਗਦੇ ਨੇ, ਪਰ ਜਿਸ ਵਕਤ ਕਹਿੰਦੇ ਸਤਿਗੁਰੂ ਗੁਰੂ ਅੰਗਦ ਦੇਵ ਜੀ ਦੇ ਦਰਸ਼ਨਾਂ ਵਾਸਤੇ ਬਾਬਾ ਅਮਰਦਾਸ ਜੀ ਗਏ ਨੇ, ਤੇ ਕਹਿੰਦੇ ਸਤਿਗੁਰੂ ਗੁਰੂ ਅੰਗਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਮੋਢਿਆਂ ਤੇ ਚਾਦਰ ਰੱਖੀ ਹੋਈ ਸੀ, ਸਤਿਗੁਰੂ ਗੁਰੂ ਅੰਗਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਆਸਣ ਤੋਂ ਖੜੇ ਹੋਏ ਤੇ ਬਾਬਾ ਅਮਰਦਾਸ ਜੀ ਵੱਲ ਹੱਥ ਵਧਾਏ ਤੇ ਗਲੇ ਨਾਲ ਲਾਉਣ ਲੱਗੇ, ਤੇ ਬਾਬਾ ਅਮਰਦਾਸ ਜੀ ਨੇ ਜਾਂਦਿਆਂ ਹੀ ਗੁਰੂ ਅੰਗਦ ਸਾਹਿਬ ਦੇ ਚਰਨ ਪਕੜ ਲਏ। ਕਹਿਣ ਲੱਗੇ, ਪਾਤਸ਼ਾਹ, ਅੱਜ ਇੱਕ ਰਿਸ਼ਤੇ ਦੇ ਨਾਤੇ ਨਹੀਂ, ਅੱਜ ਸਿੱਖ ਹੋਣ ਦੇ ਨਾਤੇ ਆਇਆ, ਤੇ ਹੁਣ ਕਿਰਪਾ ਕਰਕੇ ਮੈਨੂੰ ਪਰਮਾਤਮਾ ਦੇ ਨਾਮ ਦੀ ਦਾਤ ਦੇ, ਭੂਲ ਜੋ ਚੂਕ ਪਰੀ ਹਮ ਤੇ, ਗੁਰ ਕਿੰਕਰ ਤੁਮ ਪਾਹੇ ਬਖਸ਼ਾਵਤ, ਲਾਜ ਰੱਖੋ ਨਿਜ ਨਾਮੇ ਕੀ ਸਿੱਖ ਤੁਮਰੋ ਜਗ ਮਾਹੇ ਕਹਾਵਤ। ਤੇਰਾ ਸਿੱਖ ਬਣ ਕੇ ਆਇਆ, ਹੁਣ ਤੂੰ ਕਿਰਪਾ ਕਰ ਆਪਣੇ ਘਰ ਦੀ ਨਿਰਾਲੀ ਸਿੱਖੀ ਦੀ ਦਾਤ ਮੇਰੀ ਝੋਲੀ ਵਿੱਚ ਪਾ ਦੇ। ਮੇਰੇ ਕਹਿਣ ਤੋਂ ਭਾਵ, ਖਾਲਸਾ ਜੀ, ਜਿਹੜਾ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜ੍ਹਦਾ ਨਾ, ਅੰਮ੍ਰਿਤ ਵੇਲੇ ਪੜ੍ਹੀ ਹੋਈ ਬਾਣੀ ਦੇ ਨਾਲ ਜਿਹਦੇ ਖੁਦ ਦਾ ਆਪਣਾ ਜੀਵਨ ਬਦਲਿਆ ਜਾਂਦਾ, ਸੱਚ ਹੈ ਜਿਹੜਾ ਵੀ ਉਹਦੇ ਦਾਇਰੇ ਵਿੱਚ ਆਉਂਦਾ, ਜਿਹੜਾ ਅੰਮ੍ਰਿਤ ਵੇਲੇ ਬਾਣੀ ਪੜ੍ਹੇਗਾ, ਉਹ ਦੂਸਰੇ ਦਾ ਵੀ ਜੀਵਨ ਬਦਲ ਕੇ ਰੱਖ ਦਿੰਦਾ। ਭਾਈ ਵਿਧੀ ਚੰਦ ਭਾਵੇਂ ਚੋਰਾਂ ਵਾਲਾ ਸੁਭਾਅ ਸੀ, ਭਾਵੇਂ ਪੇਸ਼ੇ ਵਜੋਂ ਚੋਰੀ ਕਰਦੇ ਸਨ, ਪਰ ਜਿਸ ਵਕਤ ਇੱਕ ਝਾਵ ਦੇ ਕਿਨਾਰੇ ਦੇ ਉੱਤੇ ਭਾਈ ਅਦਲੀਆ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਿੱਖ ਨੂੰ ਬਾਣੀ ਪੜ੍ਹਦੇ ਹੋਏ ਨੂੰ ਵੇਖਿਆ, ਸਿਮਰਨ ਕਰਦੇ ਹੋਏ ਨੂੰ ਵੇਖਿਆ, ਕੁਝ ਪਲ ਭਾਈ ਵਿਧੀ ਚੰਦ ਭਾਈ ਅਦਲੀਆ ਜੀ ਦੇ ਨਾਲ ਬੈਠੇ, ਜਾ ਕੇ ਕਿਹਾ ਕਿ ਮੈਨੂੰ ਪਿੰਡ ਵਾਲਿਆਂ ਤੋਂ ਬਚਾਓ, ਮੈਂ ਉਹਨਾਂ ਦੀ ਮੱਝਾਂ ਚੋਰੀ ਕਰਕੇ ਲਿਆਇਆ, ਉਹਨਾਂ ਦੇ ਪਸ਼ੂ ਚੋਰੀ ਕਰਕੇ ਲਿਆਇਆ, ਬਾਬਾ ਤੂੰ ਰੱਬ ਦਾ ਪਿਆਰਾ, ਮੈਨੂੰ ਉਹਨਾਂ ਤੋਂ ਬਚਾ।
ਭਾਈ ਅਦਲੀਆ ਕਹਿਣ ਲੱਗੇ, ਮੈਂ ਬਚਾਵਾਂਗਾ, ਪਰ ਅੱਜ ਰੱਬ ਨੂੰ ਹਾਜ਼ਰ ਜਾਣ ਕੇ ਅੰਮ੍ਰਿਤ ਵੇਲੇ ਇਹ ਬਚਨ ਕਰ ਕਿ ਤੂੰ ਅੱਜ ਤੋਂ ਬਾਅਦ ਚੋਰੀ ਨਹੀਂ ਕਰੇਗਾ। ਹੁਣ ਜਦੋਂ ਕੋਈ ਕਮਾਈ ਵਾਲਾ ਬੰਦਗੀ ਵਾਲਾ ਬਚਨ ਕਰਦਾ ਨਾ, ਤੇ ਸੁਣਨ ਵਾਲੇ ਦੇ ਉੱਤੇ ਵੀ ਪ੍ਰਭਾਵ ਪੈਂਦਾ। ਪਰ ਜੇ ਕੋਈ ਮੇਰੀ ਤਰ੍ਹਾਂ ਦੋ ਕੇ ਸ਼ਬਦ ਸਿੱਖ ਕੇ ਕਿਤਾਬਾਂ ਦੇ ਵਿੱਚੋਂ ਦੋ ਕੇ ਲਾਈਨਾਂ ਪੜ੍ਹ ਕੇ ਸੰਗਤ ਵਿੱਚ ਬੋਲੀ ਜਾਵੇ, ਪ੍ਰਭਾਵ ਨਹੀਂ ਪੈਂਦਾ। ਪ੍ਰਭਾਵ ਉਹਦਾ ਪੈਂਦਾ ਜਿਹੜਾ ਜੀਵਨ ਵਿੱਚ ਕਮਾਈ ਕਰੇ, ਪ੍ਰਭਾਵ ਉਹਦਾ ਪੈਂਦਾ ਉਹਦੇ ਬਚਨ ਦੇ ਨਾਲ ਕਿਸੇ ਦਾ ਭਲਾ ਹੁੰਦਾ ਜਿਹੜਾ ਖੁਦ ਸਿਮਰਨ ਕਰਦਾ, ਨਿਤਨੇਮ ਕਰਦਾ। ਭਾਈ ਅਦਲੀਆ ਨੇ ਕਿਹਾ, ਤੂੰ ਅੱਜ ਤੋਂ ਬਾਅਦ ਚੋਰੀ ਦਾ ਸੁਭਾਵ ਛੱਡ। ਕਹਿਣ ਲੱਗਾ, ਮੈਂ ਬਚਨ ਕਰਦਾ, ਮੈਂ ਅੱਜ ਤੋਂ ਬਾਅਦ ਚੋਰੀ ਨਹੀਂ ਕਰਾਂਗਾ। ਭਾਈ ਅਦਲੀਆ ਜੀ ਨੇ ਚਾਦਰ ਦਿੱਤੀ, ਕਹਿੰਦੇ ਇਸ ਚਾਦਰ ਨੂੰ ਆਪਣੇ ਤਨ ਤੇ ਓੜ ਤੇ ਸਤਨਾਮ ਵਾਹਿਗੁਰੂ ਜਪਣ ਲੱਗ ਜਾ। ਕਹਿੰਦੇ ਭਾਈ ਵਿਧੀ ਚੰਦ ਨੇ ਨੇਤਰ ਬੰਦ ਕਰਕੇ ਸਤਨਾਮ ਵਾਹਿਗੁਰੂ ਦਾ ਹੋਕਾ ਦਿੱਤਾ, ਸਤਨਾਮ ਵਾਹਿਗੁਰੂ ਦਾ ਅਭਿਆਸ ਕੀਤਾ। ਜੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੇ ਕਿਹਾ ਨਾ ਕਿ ਇੱਕ ਵਾਰ ਵੀ ਕੋਈ ਵਾਹਿਗੁਰੂ ਸ਼ਬਦ ਪਿਆਰ ਦੇ ਨਾਲ ਕਹਿ ਦੇਵੇ, ਉਹਦੇ ਜਨਮਾਂ ਜਨਮਾਂ ਦੇ ਪਾਪਾਂ ਦੀ ਮੈਲ ਧੁੱਪ ਜਾਂਦੀ ਹੈ। ਸੱਚ ਹੈ, ਜਿਸ ਵਕਤ ਗੁਰੂ ਅਰਜਨ ਦੇਵ ਜੀ ਦੇ ਸਿੱਖ ਦੇ ਨਾਲ ਬਹਿ ਕੇ ਭਾਈ ਵਿਧੀ ਚੰਦ ਨੇ ਸਤਨਾਮ ਵਾਹਿਗੁਰੂ ਕਿਹਾ, ਉਹਦੇ ਜਨਮਾਂ ਜਨਮਾਂ ਦੇ ਪਾਪਾਂ ਦੀ ਮੈਲ ਧੁੱਪ ਗਈ, ਜੀਵਨ ਬਦਲਿਆ ਗਿਆ। ਇੱਕ ਸਿੱਖ ਬਾਣੀ ਪੜ੍ਹ ਰਿਹਾ ਸੀ, ਉਸ ਸਿੱਖ ਦੇ ਦਰਸ਼ਨਾਂ ਦੇ ਨਾਲ ਜੀਵਨ ਬਦਲਿਆ ਗਿਆ। ਉਸ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਦੀ ਸੰਗਤ ਵਿੱਚ ਗਏ, ਭਾਂਡੇ ਮਾਂਜੇ, ਜੋੜੇ ਘਰ ਵਿੱਚ ਸੇਵਾ ਕੀਤੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਲੰਗਰ ਦੇ ਵਿੱਚ ਸੇਵਾ ਕਰਨ ਲਈ ਬਚਨ ਕੀਤਾ, ਲੰਗਰ ਵਿੱਚ ਵੀ ਸੇਵਾ ਕੀਤੀ, ਅੰਮ੍ਰਿਤ ਵੇਲੇ ਉੱਠ ਕਰਕੇ ਗੁਰੂ ਕੀਆਂ ਖੁਸ਼ੀਆਂ ਲਈਆਂ। ਤੇ ਆਪਾਂ ਸਾਰੇ ਜਾਣਦੇ ਸਤਿਗੁਰੂ ਨੇ ਕਿਰਪਾ ਕਰਕੇ ਫਿਰ ਆਪਣਾ ਸੀਨਾ ਹੀ ਬਣਾ ਲਿਆ, ਗੁਰੂ ਕੇ ਸੀਨੇ ਦਾ ਖਿਤਾਬ ਦਿੱਤਾ। ਮੇਰੇ ਕਹਿਣ ਤੋਂ ਭਾਵ ਇਹ ਹੈ ਕਿ ਜਿਹੜਾ ਵੀ ਸਿੱਖ ਗੁਰੂ ਕੇ ਉਪਦੇਸ਼ ਨੂੰ ਕਮਾਉਂਦਾ, ਗੁਰੂ ਕੇ ਬਚਨ ਨੂੰ ਕਮਾਉਂਦਾ, ਜੇ ਗੁਰੂ ਕਾ ਸਿੱਖ ਗੁਰੂ ਕੀ ਬਾਣੀ ਦਾ ਅਭਿਆਸ ਕਰ ਰਿਹਾ, ਨਿਤਨੇਮ ਕਰ ਰਿਹਾ, ਸਿਮਰਨ ਕਰ ਰਿਹਾ, ਸਹਿਜ ਪਾਠ ਕਰ ਰਿਹਾ, ਤਾਂ ਖਾਲਸਾ ਜੀ ਗੁਰੂ ਸਾਹਿਬ ਨੇ ਸਾਡੀ ਸੋਚ ਤੋਂ ਵੀ ਉੱਚਾ, ਸਾਡੀ ਸੁੱਧ ਬੁੱਧ ਤੋਂ ਵੀ ਉੱਚਾ ਐਸੀ ਬਖਸ਼ਿਸ਼, ਐਸੀ ਰਹਿਮਤ ਦਾ ਪਾਤਰ ਬਣਾ ਦੇਣਾ ਜੋ ਇਨਸਾਨ ਕਦੇ ਸੋਚ ਨਹੀਂ ਸਕਦਾ। ਕਿਉਂਕਿ ਬਾਣੀ ਦਾ ਉਪਦੇਸ਼ ਹੈ, ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨਾ ਲਾਗੀ ਵਾਰ। ਗੁਰੂ ਕੀ ਬਾਣੀ ਦੇ ਵਿੱਚ ਇਹ ਤਾਕਤ ਹੈ ਕਿ ਜਿਹੜਾ ਇਨਸਾਨ, ਜਿਹੜਾ ਮਨੁੱਖ ਅੰਮ੍ਰਿਤ ਵੇਲੇ ਉੱਠ ਕਰਕੇ ਬਾਣੀ ਪੜ੍ਹਦਾ, ਸਿਮਰਨ ਕਰਦਾ ਨਾ ਖਾਲਸਾ ਜੀ, ਫਿਰ ਇਹ ਗੁਰੂ ਕੀ ਬਾਣੀ, ਗੁਰੂ ਕੀ ਬਾਣੀ ਦੀ ਤਾਕਤ ਉਸਨੂੰ ਇਨਸਾਨ ਨਹੀਂ ਬਣਾਉਂਦੀ ਬਲਕਿ ਦੇਵਤਾ ਹੀ ਬਣਾ ਦਿੰਦੀ ਹੈ, ਰੱਬ ਵਰਗਾ ਬਣਾ ਦਿੰਦੀ ਹੈ। ਹਰ ਜਨ ਦੀ ਏਕ ਹੈ, ਬਿਵ ਵਿਚਾਰ ਕਸ਼ਨਾਹੇ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੈ ਸਮਾਹੇ। ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਰੂਪ ਹੀ ਬਣਾ ਦਿੰਦੀ ਹੈ ਗੁਰੂ ਕੀ ਬਾਣੀ। ਸੋ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਸੇਵਾ ਕੀਤੀ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਰਹਿਮਤ ਕੀਤੀ, ਕਿਉਂ? ਕਿਉਂਕਿ ਗੁਰੂ ਘਰ ਦੇ ਵਿੱਚ ਜੁੜ ਕਰਕੇ ਸੇਵਾ ਵੀ ਕੀਤੀ ਤੇ ਸਿਮਰਨ ਵੀ ਕੀਤਾ। ਇਸੇ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਨੇ ਆਪਣੀ ਬਾਣੀ ਦੇ ਵਿੱਚ ਇਹ ਉਪਦੇਸ਼ ਗੁਰੂ ਕੇ ਸਿੱਖ ਨੂੰ ਕੀਤਾ ਕਿ ਭਾਈ ਸਿੱਖਾ, ਪ੍ਰਾਨੀ ਪਰਮ ਪੁਰਖ ਪਗ ਲਾਗੋ, ਸੋਵਤ ਕਹਾ ਮੋਹ ਨਿੰਦਰਾ ਮੈਂ, ਕਬਹੂ ਸੁਚਿਤ ਵੈ ਜਾਗੋ,
ਕਿ ਐ ਖੁਦਾ ਦਿਆ ਬੰਦਿਆ, ਕਿਤੇ ਅੰਮ੍ਰਿਤ ਵੇਲੇ ਪ੍ਰਭਾਤ ਵੇਲੇ ਉੱਠ ਕਰਕੇ ਜਾਗ। ਵੇਖੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਵੀ ਸ਼ਬਦ ਆਉਂਦਾ, ਜਾਗ ਲਿਹੋ ਰੇ ਮਨਾ ਜਾਗ ਲਿਹੋ, ਕਹਾਂ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਹੀ ਸੋ ਪੀ ਸੰਗ ਨਾ ਹੋਇਆ। ਬਾਣੀ ਬਾਰ ਬਾਰ ਕਹਿੰਦੀ ਹੈ ਕਿ ਰੇ ਜਨ ਉਥਾਰੈ ਦੱਬਿਓ ਸੁੱਤਿਆ ਗਈ ਵਿਹਾਏ, ਸਤਿਗੁਰ ਕਾ ਸ਼ਬਦ ਸੁਣ ਨਾ ਜਾਗਿਓ। ਸਤਿਗੁਰੂ ਦੀ ਬਾਣੀ ਬਾਰ ਬਾਰ ਸਾਨੂੰ ਜਾਗਣ ਦਾ ਹੋਕਾ ਦਿੰਦੀ ਹੈ, ਤੇ ਆਪਾਂ ਸੋਚਾਂਗੇ ਕਿ ਰੋਜ਼ਾਨਾ ਹੀ ਰਾਤ ਤੋਂ ਬਾਅਦ ਜਦੋਂ ਦਿਨ ਚੜ੍ਹਦਾ ਅੱਖਾਂ ਖੁੱਲਦੀਆਂ ਤੇ ਆਪਾਂ ਕਹਿੰਦੇ ਹਾਂ ਕਿ ਅਸੀਂ ਜਾਗ ਗਏ ਹਾਂ, ਪਰ ਫਿਰ ਵੀ ਗੁਰੂ ਕੀ ਬਾਣੀ ਕਹਿੰਦੀ ਹੈ ਕਿ ਹਲੇ ਤੂੰ ਜਾਗਿਆ ਨਹੀਂ। ਇਹਦਾ ਭਾਵ ਇਹ ਹੈ ਕਿ ਕੇਵਲ ਬਾਹਰਲੀਆਂ ਅੱਖਾਂ ਦਾ ਖੁੱਲਣਾ ਜਾਗਣਾ ਨਹੀਂ ਹੁੰਦਾ, ਅਸਲ ਵਿੱਚ ਜਦੋਂ ਇਨਸਾਨ ਦੀ ਅੰਦਰਲੀ ਅੱਖ ਖੁੱਲਦੀ ਹੈ ਉਹੀ ਅਸਲੀ ਜਾਗਣਾ ਹੁੰਦਾ। ਇਸੇ ਕਰਕੇ ਮਹਾਰਾਜ ਨੇ ਕਿਹਾ, ਕਹੇ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ, ਦਿਵ ਦ੍ਰਿਸ਼ਟ ਹੋਈ, ਜਿਹੜੇ ਅੰਦਰਲੇ ਨੇਤਰ ਅੰਦਰਲੀਆਂ ਅੱਖਾਂ ਹਜੇ ਵੇਖ ਨਹੀਂ ਸਕਦੀਆਂ, ਜਿਨ੍ਹਾਂ ਅੱਖਾਂ ਦੇ ਵਿੱਚ ਵੇਖਣ ਦੀ ਰੋਸ਼ਨੀ ਨਹੀਂ, ਜੇ ਗੁਰੂ ਕਾ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਸਿਮਰਨ ਕਰਦਾ, ਨਿਤਨੇਮ ਕਰਦਾ, ਇਬਾਦਤ ਕਰਦਾ, ਬੰਦਗੀ ਕਰਦਾ, ਤਾਂ ਸੱਚ ਹੈ ਖਾਲਸਾ ਜੀ, ਅੰਮ੍ਰਿਤ ਵੇਲੇ ਕੀਤੀ ਹੋਈ ਬੰਦਗੀ ਦੇ ਨਾਲ, ਸਿਮਰਨ ਦੇ ਨਾਲ ਉਹਦੇ ਅੰਦਰਲੇ ਨੇਤਰ ਖੁੱਲਦੇ ਨੇ, ਤੇ ਜਦੋਂ ਅੰਦਰਲੇ ਨੇਤਰ ਖੁੱਲ ਜਾਂਦੇ ਇਹਨਾਂ ਨੇਤਰਾਂ ਦੇ ਨਾਲ ਗੁਰੂ ਦੇ ਦੀਦਾਰੇ ਕਰਨ ਦੀ ਜਾਚ ਆ ਜਾਂਦੀ ਹੈ। ਸੋ ਸਮਾਂ ਵੀ ਸੀਮਤ ਹੈ, ਮੈਂ ਬੇਨਤੀ ਕਰਾਂ ਕਿ ਆਪਾਂ ਸਾਰਿਆਂ ਨੇ ਜੋ ਸੁਣਿਆ ਸੁਣਾਇਆ ਆਪਾਂ ਕਮਾਈਏ, ਔਰ ਆਪਣੇ ਜੀਵਨ ਦੇ ਵਿੱਚ ਅਨੁਭਵ ਕਰਕੇ ਵੇਖੀਏ ਕਿ ਜਦੋਂ ਵੀ ਅੰਮ੍ਰਿਤ ਵੇਲੇ ਸਿਮਰਨ ਕਰਨਾ, ਕਈ ਵਾਰ ਸੰਗਤ ਦੇ ਵਿੱਚੋਂ ਇਹ ਸਵਾਲ ਵੀ ਆਉਂਦੇ, ਨਿਤਨੇਮ ਕਿਵੇਂ ਕਰੀਏ, ਸਿਮਰਨ ਕਿਵੇਂ ਕਰੀਏ। ਮੈਂ ਬੇਨਤੀ ਕਰਾਂ ਕਿ ਜਿਸ ਤਰ੍ਹਾਂ ਭਗਤ ਕਬੀਰ ਜੀ ਨੇ, ਭਗਤ ਫਰੀਦ ਜੀ ਨੇ ਸਿਮਰਨ ਕੀਤਾ, ਬਸ ਉਸ ਤਰ੍ਹਾਂ ਸਿਮਰਨ ਕਰੀਏ ਜਿਵੇਂ ਭਗਤ ਨਾਮਦੇਵ ਜੀ ਨੇ ਕੀਤਾ। ਭਗਤ ਕਬੀਰ ਜੀ ਨੇ ਕਿਹਾ, ਦਰ ਮੰਦੇ ਠਾਂਡੇ ਦਰਬਾਰ, ਤੁਝ ਬਿਨ ਸੁਰਤ ਕਰੈ ਕੋ ਮੇਰੀ, ਦਰਸ਼ਨ ਦੀਜੈ ਖੋਲ ਕਿਵਾਰ, ਕਿ ਐ ਖੁਦਾ ਐ ਪਰਮਾਤਮਾ, ਮੈਂ ਅੱਜ ਨੇਤਰ ਬੰਦ ਕਰਕੇ ਤੇਰੀ ਦਰਗਾਹ ਦੇ ਬੂਹੇ ਦੇ ਬਾਹਰ ਬੈਠਾ, ਤੇ ਜਦੋਂ ਤੱਕ ਤੂੰ ਆਪਣੀ ਦਰਗਾਹ ਦੇ ਕਵਾਰ ਨਹੀਂ ਖੋਲਦਾ ਮੈਂ ਤੈਨੂੰ ਆਵਾਜ਼ ਲਗਾਈ ਜਾਵਾਂਗਾ। ਭਗਤ ਫਰੀਦ ਜੀ ਨੇ ਵੀ ਕਿਹਾ ਕਿ ਹੈ ਖੁਦਾ, ਜਦੋਂ ਤੱਕ ਤੂੰ ਫਰੀਦ ਨੂੰ ਆ ਕੇ ਗਲਵਕੜੀ ਵਿੱਚ ਨਹੀਂ ਲੈਂਦਾ ਮੈਂ ਤੇਰੇ ਅੱਗੇ ਪੁਕਾਰ ਕਰੀ ਜਾਵਾਂਗਾ। ਜਿਸ ਤਰ੍ਹਾਂ ਭਗਤ ਨਾਮਦੇਵ ਜੀ ਨੂੰ ਭਾਵੇਂ ਮੰਦਿਰ ਵਿੱਚੋਂ ਧੱਕੇ ਵੀ ਮਾਰੇ ਗਏ, ਪਰ ਮੰਦਿਰ ਦੇ ਪਿਛਲੇ ਪਾਸੇ ਜਾ ਕਰਕੇ ਬੈਠ ਕਰਕੇ ਵੀ ਪਰਮਾਤਮਾ ਨੂੰ ਕਿਹਾ, ਪਰਮਾਤਮਾ ਭਾਵੇਂ ਤੇਰੇ ਦਰੋਂ ਮੈਨੂੰ ਧੱਕੇ ਵੀ ਵੱਜਣ, ਪਰ ਮੈਂ ਤਾਂ ਵੀ ਤੇਰਾ ਦਰ ਨਹੀਂ ਛੱਡਾਂਗਾ ਜਦੋਂ ਤੱਕ ਤੂੰ ਮੈਨੂੰ ਗਲਵੱਕੜੀ ਵਿੱਚ ਨਹੀਂ ਲੈਂਦਾ। ਮੋਕੋ ਤੂੰ ਨਾ ਵਿਸਾਰ, ਤੂੰ ਨਾ ਵਿਸਾਰ, ਤੂੰ ਨਾ ਵਿਸਾਰੇ ਰਾਹ ਮਈਆ, ਮੈਂ ਤੇਰੇ ਦਰ ਤੇ ਆਇਆ ਪਰਮਾਤਮਾ, ਤੂੰ ਭਾਵੇਂ ਧੱਕੇ ਮਾਰ ਪਰ ਫਿਰ ਵੀ ਕਿਤੇ ਕਿਰਪਾ ਕਰਕੇ ਇੱਕ ਮਿਹਰਾਂ ਵਾਲੀ ਦ੍ਰਿਸ਼ਟੀ ਦੇ ਨਾਲ ਮੈਨੂੰ ਵੇਖ ਲੈ। ਸੋ ਹਮੇਸ਼ਾ ਨਿਤਨੇਮ ਕਰਨ ਲੱਗਿਆਂ, ਸਿਮਰਨ ਕਰਨ ਲੱਗਿਆਂ ਅਰਦਾਸ ਕਰਨੀ ਚਾਹੀਦੀ ਹੈ। ਸਿਮਰਨ ਕਰਨ ਤੋਂ ਪਹਿਲਾਂ ਕਿ ਪਾਤਸ਼ਾਹ ਬਾਣੀ ਪੜ੍ਹਨ ਲੱਗੇ ਹਾਂ, ਸਿਮਰਨ ਕਰਨ ਲੱਗੇ ਹਾਂ, ਪਰ ਨਾ ਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਪਿਆ। ਬਾਣੀ ਪੜ੍ਹਨ ਦੀ ਜਾਚ ਕੋਈ ਨਹੀਂ, ਸਿਮਰਨ ਕਰਨ ਦੀ ਜਾਚ ਕੋਈ ਨਹੀਂ, ਤੇਰੇ ਚਰਨਾਂ ਦਾ ਆਸਰਾ ਤੱਕ ਕੇ ਬਾਣੀ ਪੜ੍ਹਨ ਲੱਗੇ ਹਾਂ, ਤੂੰ ਕਿਰਪਾ ਕਰਕੇ ਸਾਡੇ ਤੋਂ ਆਪਣੀ ਬਾਣੀ ਪੜਵਾ ਲਈ।
ਤੇ ਬਾਣੀ ਪੜ੍ਹਨ ਤੋਂ ਬਾਅਦ ਵੀ ਅਰਦਾਸ ਕਰਨੀ ਚਾਹੀਦੀ ਹੈ। ਹਮ ਅਗਿਆਨ ਅਲਪ ਮਤ ਥੋਰੀ ਅਰਦਾਸ ਕਰਨੀ ਚਾਹੀਦੀ ਹੈ। ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਹੀ। ਪਾਤਸ਼ਾਹ ਤਾਕਤ ਨਹੀਂ ਸਮਰੱਥਾ ਨਹੀਂ ਤੇਰੀ ਬਾਣੀ ਪੜ੍ਹ ਸਕਾਂ। ਤੇਰੀ ਬਾਣੀ ਅਨਮੋਲ ਹੈ ਮੇਰੀ ਰਸਨਾ ਤੋਂ ਪਾਪ ਬੋਲੇ ਜਾਂਦੇ ਨੇ। ਤੂੰ ਕਿਰਪਾ ਕਰ ਜੋ ਮੈਂ ਪੜ੍ਹਿਆ ਹੈ ਕੰਨਾਂ ਰਾਹੀਂ ਸੁਣਿਆ ਹੈ ਕਿਰਪਾ ਕਰਕੇ ਇਹਨੂੰ ਹਿਰਦੇ ਵਿੱਚ ਵਸਾ ਦੇਵੀਂ ਤੇ ਮੇਰੀ ਹਾਜ਼ਰੀ ਪ੍ਰਵਾਨ ਕਰ ਲਵੀਂ। ਸੋ ਇਤਨੀਆਂ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕਰਕੇ ਅੱਜ ਦਾ ਸਮਾਂ ਬਖਸ਼ਿਆ। ਕੱਲ ਵੀ ਆਪ ਸਭ ਸੰਗਤਾਂ ਦੇ ਚਰਨ ਪਰਸਣ ਦੇ ਲਈ ਜੋ ਸਮਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਵੱਲੋਂ ਔਰ ਗੁਰਦੁਆਰਾ ਗੁਰੂ ਸਿੰਘ ਸਭਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਆਪ ਸਭ ਸੰਗਤਾਂ ਵੱਲੋਂ ਮਿਲਿਆ ਹੈ, ਅਰਦਾਸ ਕਰਨੀ ਮਹਾਰਾਜ ਕੱਲ ਵੀ ਇਸੇ ਤਰ੍ਹਾਂ ਹਾਜ਼ਰੀ ਭਰਵਾਉਣ। ਆਓ ਅਖੀਰ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਗੁਣ ਗਾ ਕਰਕੇ ਆਪਾਂ ਫਤਿਹ ਦੀ ਸਾਂਝ ਪਾਈਏ। ਬੋਲਦਿਆਂ ਅਨੇਕਾਂ ਭੁੱਲਾਂ ਹੋਈਆਂ ਹਨ, ਆਪ ਜੀ ਨੇ ਬਖਸ਼ ਦੇਣਾ। ਇੱਕ ਵਾਰ ਸਾਰਿਆਂ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਜਿਸ ਤਰ੍ਹਾਂ ਛੱਜੂ ਝੀਵਰ ਮੂਰਖ ਬਣ ਕੇ ਗੁਰੂ ਦੀ ਗੋਦ ਵਿੱਚ ਬੈਠਾ ਸਤਿਗੁਰੂ ਨੇ ਕਿਰਪਾ ਦੀ ਛੜੀ ਵਰਤਾ ਦਿੱਤੀ, ਆਪਾਂ ਵੀ ਆਪਣੀ ਮੱਤ ਛੱਡ ਕੇ ਮੂਰਖ ਬਣ ਕੇ ਗੁਰੂ ਦੀ ਗੋਦ ਵਿੱਚ ਬੈਠੀਏ ਤਾਂ ਜੋ ਸਾਡੇ ਤੇ ਵੀ ਰਹਿਮਤਾਂ ਵਾਲੀ ਛੜੀ ਲੱਗ ਜਾਵੇ। ਸਾਰਿਆਂ ਨੇ ਪ੍ਰੇਮ ਨਾਲ ਪੜ੍ਹਨਾ, ਸ਼੍ਰੀ ਹਰਿ ਕ੍ਰਿਸ਼ਨ ਧਿਆਇਐ, ਸ਼੍ਰੀ ਹਰਿ ਕ੍ਰਿਸ਼ਨ ਧਿਆਇਐ, ਸ਼੍ਰੀ ਹਰਿ ਜਿਸ ਡਿਠੈ ਸਭ ਦੁੱਖ ਜਾਏ, ਜਿਸ ਡਿਠੈ ਸਭ ਦੁੱਖ ਜਾਏ, ਜਿਸ ਡਿਠੇ ਸਭ ਦੁੱਖ ਜਾਏ, ਜਿਸ ਡਿਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਐ, ਤੇਗ ਬਹਾਦਰ ਸਿਮਰਿਐ, ਤੇਗ ਬਹਾਦਰ ਸਿਮਰਿਐ, ਤੇਗ ਬਹਾਦਰ ਸਿਮਰੈ, ਕਰ ਨੌ ਨਿਦਿਆਵੈ ਤਾਏ, ਕਰ ਨੌ ਨਿਦਿਆਵੈ ਤਾਏ, ਕਰ ਨੌ ਨਿਦਿਆਵੈ ਤਾਏ, ਕਰ ਨੌ ਨਿਦਿਆਵੈ ਤਾਏ, ਸਭ ਥਾਈ ਹੋਏ ਸਹਾਈ, ਸਭ ਥਾਈ ਹੋਏ ਸਹਾਈ, ਸਭ ਥਾਈ ਹੋਏ ਸਹਾਈ, ਸਭ ਥਾਈ ਹੋਏ ਸਹਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।